ਜਸ ਗੱਲਬਾਤ ਦੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਸਾਰਿਆਂ ਨੂੰ ਅਰਵਿੰਦ ਕੌਰ ਦੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਬੜਾ ਬੜਾ ਸਵਾਗਤ ਹੈ ਤੁਹਾਡਾ ਕਿਉਂਕਿ ਮੈਂ ਤੁਹਾਨੂੰ ਦੱਸਿਆ ਸੀ ਇਟਸ ਗੋਇੰਗ ਟੂ ਬੀ ਅ ਫਨ ਸ਼ੋਅ ਟੂਡੇ ਐਂਡ ਸਾਡੇ ਕੋਲ ਗੈਸਟ ਹੈਗੇ ਨੇ ਸਾਨੂੰ ਬਹੁਤ ਕੁਝ ਜਿਹੜਾ ਵੈਡਿੰਗਸ ਬਾਰੇ ਵੈਡਿੰਗ ਦੇ ਵਾਸਤੇ ਸਾਨੂੰ ਕੀ ਚਾਹੀਦਾ ਹੁੰਦਾ ਹੈ ਅਸੀਂ ਕਿੰਨਾ ਸੋਚਦੇ ਹਾਂ ਉਸ ਵੇਲੇ ਹਾਏ ਕੀ ਕਰੀਏ ਇੰਨਾ ਸਟ੍ਰੈਸ ਲੈਂਦੇ ਹਾਂ ਸਾਰਾ ਸਟ੍ਰੈਸ ਅੱਜ ਤੁਹਾਡਾ ਦੂਰ ਕਰਾ ਦੇਣਾ ਸੀ ਕਿਉਂਕਿ ਸਾਡੇ ਨਾਲ ਅੱਜ ਮੌਜੂਦ ਨੇ ਸਟੂਡੀਓ ਵਿੱਚ ਮਿਨੀ ਚੱਡਾ ਜੀ ਥੈਂਕ ਯੂ ਸੋ ਮੱਚ ਮਿਨੀ ਚੱਡਾ ਜੀ ਤੁਸੀਂ ਇੱਥੇ ਆਏ ਥੈਂਕ ਯੂ ਸੋ ਮੱਚ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਐਂਡ ਇਹ ਹੈਗੇ ਨੇ ਮਿਨੀ ਚੱਡਾ ਔਰ ਇਹਨਾਂ ਦਾ ਹੈਗਾ ਵੈਡਿੰਗ ਕਟੋਰ ਬੁਟੀਕ ਕਹਿ ਲਓ ਇਹਨਾਂ ਨੂੰ ਹੋਰ ਡਿਟੇਲਸ 'ਚ ਪੁੱਛਦੇ ਹਾਂ ਵੀ ਕੀ ਹੈਗੀ ਇਹਨਾਂ ਦਾ ਸ਼ੋਪ ਦਾ ਜਿਹੜਾ ਕੋਨਸੈਪਟ ਹੈਗਾ ਐਂਡ ਸਾਰਾ ਕਿਵੇਂ ਸਟ੍ਰੈਸ ਵੈਡਿੰਗਸ ਦਾ ਦੂਰ ਕਰ ਦਿੰਦੇ ਨੇ ਮੈਂ ਬਹੁਤ ਇੰਟਰਸਟਿਡ ਹਾਂ ਯੂ ਨੋ ਪੁੱਛਣ ਨੂੰ ਕਿਉਂਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਬੱਚੇ ਹੁਣ ਜਵਾਨ ਹੋ ਰਹੇ ਨੇ ਕੋਈ ਪਤਾ ਨਹੀਂ ਕਦੋਂ ਇਹਨਾਂ ਦੀ ਲੋੜ ਪੈ ਜੇ ਸੋ ਗੱਲ ਕਰਦੇ ਹਾਂ ਇਹਨਾਂ ਨਾਲ ਥੈਂਕ ਯੂ ਸੋ ਮੱਚ ਫੋਰ ਬੀਂਗ ਹੇਅਰ ਮਿਨੀ ਜੀ ਵੈਲਕਮ ਜੀ ਥੈਂਕ ਯੂ ਸੋ ਵੈਡਿੰਗ ਕਟੋਰ ਬਈ ਨਾਮ ਪਹਿਲੇ ਤੇ ਆਈ ਮਸਟ ਸੇ ਕਿ ਮੈਨੂੰ ਬੜਾ ਅੱਛਾ ਲੱਗਿਆ ਤੁਹਾਡਾ ਥੈਂਕ ਯੂ ਜੀ ਇਟਸ ਅ ਹਾਈ ਫੈਸ਼ਨ ਯੂ ਨੋ ਕਲੋਥਿੰਗ ਐਂਡ ਮੱਚ ਮੋਰ ਹਾਂਜੀ ਸੋ ਕੀ ਹੈਗਾ ਇਹਦੇ ਵਿੱਚ ਟੈਲ ਮੀ ਕਿ ਵੈਨ ਹਾਊ ਡਿਡ ਯੂ ਸਟਾਰਟ ਹਾਂਜੀ ਮੈਨੂੰ ਹੋ ਗਏ 3 ਸਾਲ ਹੋ ਗਏ ਮੈਨੂੰ ਸਟਾਰਟ ਕੀਤੇ ਹੋਇਆ ਔਰ ਮੇਰਾ ਪੈਸ਼ਨ ਸੀ ਲਾਈਕ ਮੈਨੂੰ ਅੱਛਾ ਲੱਗਦਾ ਸੀ ਕਰਨਾ ਪਹਿਲੇ ਮੈਂ ਫੈਮਲੀ ਤੋਂ ਸ਼ੁਰੂ ਕੀਤਾ ਐਂਡ ਦੈਨ ਮੈਨੂੰ ਲੱਗਿਆ ਕਿ ਇਹ ਚੀਜ਼ ਮੈਂ ਕਰ ਸਕਦੀ ਹਾਂ ਔਰ ਲੋਕਾਂ ਨੂੰ ਦਿਖਾ ਸਕਦੀ ਹਾਂ ਜੋ ਕੋਈ ਵੀ ਨਹੀਂ ਕਰ ਰਿਹਾ ਉਹ ਮੈਂ ਕਰ ਰਹੀ ਹਾਂ ਸੋ ਥੋੜ੍ਹਾ ਜਿਹਾ ਅੱਛਾ ਲੱਗਿਆ ਕਰਨ ਨੂੰ ਸੋ ਇਸ ਕਰਕੇ ਸੀ ਦੀ ਡਿਮਾਂਡ ਬੜੀ ਹੈ ਨਾ ਹਾਂਜੀ ਇਸ ਚੀਜ਼ ਦੀ ਡਿਮਾਂਡ ਹੈਗੀ ਹੈ ਕਿਉਂਕਿ ਲੋਕ ਜ਼ਿਆਦਾਤਰ ਲੋਕ ਇੰਡੀਆ ਭੱਜਦੇ ਨੇ ਉਹ ਹੋ ਅਸੀਂ ਜਾਣਾ ਹੈ ਸਟ੍ਰੈਸ ਹੋ ਜਾਂਦਾ ਹੈ ਸੋ ਸਟ੍ਰੈਸ ਲੈਣ ਦੀ ਲੋੜ ਨਹੀਂ ਹੈ ਤੁਹਾਨੂੰ ਜਦੋਂ ਲੋੜ ਹੈਗੀ ਹੈ ਤੁਸੀਂ ਆਓ ਔਰ ਚੀਜ਼ਾਂ ਲਓ ਮੇਰੇ ਕੋਲੋਂ ਓਬਵੀਅਸਲੀ ਸੋ ਵੇਅਰ ਇਜ਼ ਦਿਸ ਸਟੋਰ ਇਟਸ ਇਨ ਹਿਕਸਵਿਲ ਠੀਕ ਹੈ ਹਿਕਸਵਿਲ ਨਿਊਯਾਰਕ ਦੇ ਵਿੱਚ ਹੈਗੇ ਹੈ ਹਾਂਜੀ ਸੋ ਵੈਡਿੰਗ ਕਟੋਰ ਦੇ ਵਿੱਚ ਤੁਸੀਂ ਕੀ ਕੁਝ ਇਨਕਲੂਡ ਕਰ ਰਹੇ ਹੋ ਲਾਈਕ ਜਸਟ ਬੁਟੀਕ ਤੇ ਨਹੀਂ ਹੈ ਦਿਸ ਮੋਰ ਇਨ ਦਿਸ ਹਾਂਜੀ ਲਾਈਕ ਜਿਸ ਤਰ੍ਹਾਂ ਵਿਆਹ ਦੀ ਜਿਸ ਸਾਰੀਆਂ ਚੀਜ਼ਾਂ ਜਿਸ ਤਰ੍ਹਾਂ ਚਾਹੀਦੀਆਂ ਹੁੰਦੀਆਂ ਨੇ ਚੂੜਾ ਕੁੜੀ ਦਾ ਚੂੜਾ ਚਾਹੀਦਾ ਹੈ ਮੁੰਡੇ ਦਾ ਸਿਹਰਾ ਚਾਹੀਦਾ ਹੈ ਸਾਰੀਆਂ ਚੀਜ਼ਾਂ ਅਸੀਂ ਪ੍ਰੋਵਾਈਡ ਕਰਦੇ ਹਾਂ ਸਾਡੇ ਕੋਲ ਸਭ ਕੁਝ ਹੈਗਾ ਐਕਸੈਸਰੀਜ਼ ਵੀ ਰੱਖਦੇ ਹਾਂ ਸਭ ਕੁਝ ਰੱਖਦੇ ਹਾਂ ਅਸੀਂ ਠੀਕ ਹੈ ਹਾਂਜੀ ਸੋ ਜਿਸ ਤਰ੍ਹਾਂ ਮਿਨੀ ਜੀ ਦੱਸ ਰਹੇ ਨੇ ਕਿ ਇਹਨਾਂ ਨੂੰ ਇੱਕ ਤਰ੍ਹਾਂ ਆਪ ਪੈਸ਼ਨੇਟ ਸੀਗੇ ਇਸ ਚੀਜ਼ ਬਾਰੇ ਹੀ ਇਜ਼ ਵੈਰੀ ਕ੍ਰੀਏਟਿਵ ਤੁਸੀਂ ਦੇਖ ਸਕਦੇ ਹੋ ਜਿਹੜਾ ਮੈਂ ਸੂਟ ਇਸ ਅੱਜ ਪਾਇਆ ਹੋਇਆ ਉਹ ਵੀ ਇਹਨਾਂ ਦੀ ਬੁਟੀਕ ਦਾ ਹੈ ਐਂਡ ਸ਼ੀ ਕਾਇੰਡ ਆਫ ਸਟਾਈਲਡ ਮੀ ਡੋਂਟ ਆਈ ਲੁੱਕ ਗੁੱਡ with banarsi dupatta with banarsi dupatta it's the latest it's very so you know oi ke tusi zarur koi bhi sawal bhi puchna hoye to you know you should call today ke eran to koi sawal hoye weddings de bare fashion de bare because she is a fashion expert so mini ji I would love to know ke todi store ch jehdiyan cheeza hai oh hat ke kive hai baki lokan to kive hat ke hai fir ਦੇਖੋ ਜੀ ਤੁਸੀਂ ਬਾਕੀ ਬੁਟੀਕਸ 'ਤੇ ਵੀ ਜਾਂਦੇ ਹੋ ਤੁਹਾਨੂੰ ਲੱਗਦਾ ਹੋਏਗਾ ਕਿ ਇਹ ਚੀਜ਼ 'ਤੇ ਨਹੀਂ ਕੁਛ ਕੁਝ ਡਿਫਰੈਂਟ ਹੋਣੀ ਚਾਹੀਦੀ ਉਹ ਡਿਫਰੈਂਟ ਚੀਜ਼ ਮੇਰੇ ਕੋਲ ਹੁੰਦੀ ਹੈ ਓ ਪਰਫੈਕਟ ਯਾ ਯੂ ਰਾਈਟ ਮੈਂ ਬੜੇ ਸਾਰਿਆਂ 'ਚ ਅਗਰ ਜਾਵਾਂਗੀ ਪਿੱਛੇ ਕਿਸੇ ਵੇਲੇ ਲੋੜ ਸੀਗੀ ਹਾਂਜੀ ਅਤੇ ਮੈਂ ਜਿੰਨੀਆਂ ਦੁਕਾਨਾਂ 'ਤੇ ਲੱਗ ਸੀ ਮੈਨੂੰ ਲੱਗਦਾ ਸੀ ਸਭ ਨੇ ਉਹੀ ਚੀਜ਼ਾਂ ਰੱਖੀਆਂ ਹੋਈਆਂ ਹਾਂਜੀ ਵਿਚ ਇਜ਼ ਡੈਫੀਨੇਟਲੀ ਨੋਟ ਮਾਈ ਕੱਪ ਆਫ ਟੀ ਮੈਨੂੰ ਵੀ ਲੱਗਦਾ ਕੁਛ ਅਲੱਗ ਮੈਂ ਅਲੱਗ ਹੀ ਔਰ ਲਾਈਕ ਵੈਰੀ ਸਟਾਈਲਿਸ਼ ਤੁਸੀਂ ਜਿਸ ਤਰ੍ਹਾਂ ਦੇਖੋਗੇ ਤੁਹਾਡੇ ਇਮੇਜਿਨ ਵਿੱਚ ਹੋਏਗਾ ਨਹੀਂ ਮੈਨੂੰ ਇਹ ਚੀਜ਼ ਚਾਹੀਦੀ ਹੈ ਰਾਈਟ ਸੋ ਮੇਰੇ ਕੋਲ ਮਿਲੇਗੀ ਤੁਹਾਨੂੰ ਅੱਛਾ ਇਸ ਕਰਕੇ ਮੇਰਾ ਡਿਫਰੈਂਟ ਹੈ ਹਾਂ ਹਾਂਜੀ ਸੋ ਐਂਡ ਯੂ ਵਰ ਟੈਲਿੰਗ ਮੀ ਕਿ ਯੂ ਸਟਾਈਲ ਅ ਪਰਸਨ ਟੂ ਕਿ ਬਈ ਯੂ نو ਪਰਸਨੈਲਿਟੀ ਵਾਈਜ਼ ਯਾ ਬਾਡੀ ਸ਼ੇਪ ਕੀ ਸੂਟ ਕਰਦਾ ਯੂ ਸੁਜੈਸਟ ਹਾਂਜੀ ਜਿਸ ਤਰ੍ਹਾਂ ਤੁਸੀਂ ਆਏ ਹੋ ਤੁਸੀਂ ਮੈਨੂੰ ਕਹਿੰਦੇ ਹੋ ਕਿ ਮੈਨੂੰ ਕੁਝ ਐਸਾ ਦੀ ਚੀਜ਼ ਚਾਹੀਦੀ ਕਿ ਹਟ ਕੇ ਚਾਹੀਦੀ ਔਰ ਸੋ ਮੈਂ ਤੁਹਾਨੂੰ ਦੱਸਦੀ ਹਾਂ ਕਿ ਅੱਛਾ ਤੁਹਾਨੂੰ ਤੇ ਇਹ ਕਲਰ ਸੂਟ ਕਰੇਗਾ ਤੁਹਾਨੂੰ ਇਹ ਬਾਡੀ ਸ਼ੇਪ ਤੁਹਾਨੂੰ ਇਹ ਚੀਜ਼ ਸੂਟ ਕਰੇਗੀ ਅੱਜ ਕੱਲ੍ਹ ਜਿਸ ਤਰ੍ਹਾਂ ਅਨਾਰਕਲੀ ਦਾ ਫੈਸ਼ਨ ਹੈ ਜਾਂ ਛੋਟੀ ਕਮੀਜ਼ ਦਾ ਫੈਸ਼ਨ ਹੈ ਵਿਦ ਖੁੱਲ੍ਹਾ ਪਲਾਜ਼ੋ ਦਾ ਫੈਸ਼ਨ ਹੈ ਉਹ ਮੈਂ ਤੁਹਾਨੂੰ ਦੱਸਾਂਗੀ ਕਿ ਤੁਹਾਨੂੰ ਇਹ ਚੀਜ਼ ਅੱਛੀ ਲੱਗਦੀ ਹੈ ਇਹ ਕਲਰ ਤੁਹਾਡੇ 'ਤੇ ਸੂਟ ਕਰੇਗਾ ਸੋ ਉਹ ਵੀ ਮੈਂ ਇਹ ਨਹੀਂ ਕਿ ਜੋ ਤੁਸੀਂ ਆਏ ਹੋ ਮੈਨੂੰ ਕਹਿੰਦੇ ਹੋ ਕਿ ਮੈਨੂੰ ਜੇ ਇਹ ਚੀਜ਼ ਚਾਹੀਦੀ ਤਾਂ ਮੈਂ ਤੁਹਾਨੂੰ ਦੱਸਦੀ ਹਾਂ ਕਿ ਤੁਸੀਂ ਸਪੈਸੀਫਿਕਲੀ ਉਹ ਮੰਗਦੇ ਹੋ ਜਾਂ ਤੁਸੀਂ ਥੋੜ੍ਹਾ ਡਿਫਰੈਂਟ ਮੰਗਦੇ ਹੋ ਡਿਫਰੈਂਟ ਮੰਗੋਗੇ ਤਾਂ ਫਿਰ ਮੇਰੇ ਸਟਾਈਲ 'ਤੇ ਜਾਓ ਲਾਈਕ ਯੂ ਨੋ ਮੈਂ ਤੁਹਾਨੂੰ ਦੱਸਾਂਗੀ ਜੀ ਸੋ ਇਹ ਚੀਜ਼ ਹੈਗੀ ਹੈ ਸੋ ਜੋ ਤੁਹਾਡੇ ਕੋਲ ਅਵੇਲੇਬਲ ਹੁੰਦਾ ਉਹੀ ਪੋਸੀਬਲ ਹੈ ਕਿ ਯੂ نو ਜਿਵੇਂ ਮੈਨੂੰ ਲੱਗਦਾ ਹੈ ਕਿ ਇਜ਼ ਇਟ ਵੈਰੀ ਐਕਸਪੈਂਸਿਵ ਲਾਈਕ ਨੋ ਇਟਸ ਵੈਰੀ ਰੀਜ਼ਨੇਬਲ ਐਕਚੁਅਲੀ ਇਟਸ ਡਿਪੈਂਡ ਔਨ ਯੋਰ ਬਜਟ ਆਲਸੋ ਕਿ ਤੁਸੀਂ ਕਹਿੰਦੇ ਹੋ ਕਿ ਦੇਖੋ ਮੈਨੂੰ ਇਤਨੇ ਵਿੱਚ ਪੀਸ ਚਾਹੀਦਾ ਹੈ ਇੱਤੇ ਤੋਂ ਲੈ ਕੇ ਇੱਤੇ ਤੱਕ ਮੇਰਾ ਬਜਟ ਇਤਨਾ ਹੈ ਸੋ ਅਸੀਂ ਉਹਦੇ 'ਚ ਵੀ ਬਣਵਾ ਦਿੰਦੇ ਹਾਂ ਹਾਂਜੀ ਸੋ ਆਈ ਕੈਨ ਪਿਕ ਅ ਕਲਰ ਫਰੋਮ ਵਨ ਦਿਸ ਥਿੰਗ ਐਂਡ ਯੂ نو ਡਿਜ਼ਾਈਨ ਕਿਸੇ ਹੋਰ ਤੋਂ ਤੇ ਤੁਸੀਂ
ਕ੍ਰੀਏਟ ਵੀ ਕਰ ਹਾਂ ਜੀ ਜਿਸ ਤਰ੍ਹਾਂ ਸਾਡੇ ਕੋਲ ਸ਼ੇਡ ਬੁੱਕਸ ਵੀ ਹੈਗੇ ਨੇ ਤੁਹਾਨੂੰ ਦਿਖਾ ਸਕਦੇ ਹਾਂ ਕਿ ਅਸੀਂ ਇਹ ਵਾਲੇ ਕਲਰ ਦੇ ਉੱਤੇ ਤੁਹਾਨੂੰ ਇਹ ਵਾਲੀ ਚੀਜ਼ ਬਣਵਾ ਦੇ ਸਾਡੇ ਕੋਲ ਸੈਂਪਲਸ ਵੀ ਹੈਗੇ ਨੇ ਸੋ ਵੀ ਡੂ ਕਸਟਮਾਈਜ਼ਡ ਆਲਸੋ ਔਰ ਤੁਸੀਂ ਕਹਿੰਦੇ ਹੋ ਕਿ ਨਹੀਂ ਮੈਨੂੰ ਇਹ ਛੋਟੀ ਕਮੀਜ਼ ਛੋਟੀ ਬਾਹਾਂ ਨਹੀਂ ਪਸੰਦ ਓਕੇ ਮੈਨੂੰ ਸੋ ਮੈਂ ਤੁਹਾਨੂੰ ਡਿਫਰੈਂਟ ਉਹ ਵੀ ਦੱਸ ਦਿਆਂਗੀ ਕਿ ਇਹ ਵਾਲੀ ਚੀਜ਼ ਤੁਸੀਂ ਇਹਦੇ 'ਤੇ ਬਣਵਾਓ ਔਰ ਇੱਥੇ ਕਸਟਮਰਸ ਆਉਂਦੇ ਨੇ ਮੇਰੇ ਕੋਲ ਔਰ ਉਹਨਾਂ ਨੂੰ ਪਸੰਦ ਆਉਂਦੀ ਹੈ ਚੀਜ਼ ਇਹ ਨਹੀਂ ਕਿ ਕਈ ਵਾਰੀ ਹੁੰਦਾ ਕਸਟਮਰ ਕਹਿੰਦਾ ਕਿ ਅੱਛਾ ਇਹ ਚੀਜ਼ ਮੈਂ ਬਣਵਾ ਤਾਂ ਲਵਾਂ ਪਰ ਪਤਾ ਨਹੀਂ ਮੈਨੂੰ ਪਸੰਦ ਆਏਗੀ ਕਿ ਨਹੀਂ ਆਏਗੀ ਦੈਟਸ ਓਕੇ ਕੋਈ ਗੱਲ ਨਹੀਂ ਅੱਛਾ ਤੁਸੀਂ ਛੱਡ ਜਾਓ ਤੁਸੀਂ ਲੈ ਲਓ ਓ ਵਾਓ ਕੋਈ ਹੋਰ ਕੀ ਚਾਹੀਦਾ ਭਾਈ ਬਿਲਕੁਲ ਸੋ ਯੂ ਨੋ ਦੈਟਸ ਪਰਫੈਕਟ ਕਿਉਂਕਿ ਕਾਫੀ ਮੈਂ ਦੇਖਿਆ ਕਿ ਭਾਵੇਂ ਮੈਂ ਮੇਰੇ ਆਈ ਕੀਪ ਗੋਇੰਗ ਟੂ ਇੰਡੀਆ ਅ ਲੋਟ ਹਾਂਜੀ ਇਵਨ ਦੈਨ ਜਦੋਂ ਇੱਥੇ ਕੁਝ ਖਾਸ ਮੌਕਾ ਆਉਂਦਾ ਹੈ ਨਾ ਲੱਗਦਾ ਕਿ ਕੁਝ ਨਵਾਂ ਲਓ ਤੁਸੀਂ ਹਮੇਸ਼ਾ ਵਾਰਡਰੋਬ ਖੋਲੋਗੇ ਤਾਂ ਸਾਨੂੰ ਕਹੋਗੇ ਨਹੀਂ ਮੇਰੇ ਕੋਲ ਤਾਂ ਕੁਝ ਹੈ ਹੀ ਨਹੀਂ ਹੈ ਰਾਈਟ ਆਈ ਮੀਨ ਸੋ ਆਈ ਕੈਨ ਡੈਫੀਨਿਟਲੀ ਅੰਡਰਸਟੈਂਡ ਕਿ ਸਾਰੀ ਜਨਾਨੀਆਂ ਦਾ ਇੱਕੋ ਹੀ ਸਾਡਾ ਸਾਰਿਆਂ ਦਾ ਇੱਕੋ ਹਾਲ ਹੈ ਹਾਂਜੀ ਸੋ ਐਂਡ ਇਫ ਆਈ ਗੋ ਟੂ ਯੂ ਐਂਡ ਔਰ ਸਮਬਡੀ ਕਮਸ ਟੂ ਯੂ ਐਂਡ ਦੱਸਣ ਕਿ ਮੈਂ ਇਸ ਤਰ੍ਹਾਂ ਦਾ ਇਵੈਂਟ ਹੈਗਾ ਹੈ ਇੱਥੇ ਪਾਉਣਾ ਹੈ ਹਾਂਜੀ ਯੂ ਨੋ ਮੈਂ ਇੰਨੀ ਜਿਵੇਂ ਹੁਣ ਮੈਂ ਵਿਆਹ 'ਤੇ ਜਾਣਾ ਹੈ ਅਪ੍ਰੈਲ 'ਚ ਹਾਂਜੀ ਸੋ ਅਫਕੋਰਸ ਮੇਰੇ ਮੁੰਡੇ ਦਾ ਵੀ ਨਹੀਂ ਹੈ ਉਨਾ ਹੈਵੀ ਵੀ ਨਹੀਂ ਚਾਹੀਦਾ ਹੈਵੀ ਵੀ ਨਹੀਂ ਚਾਹੀਦਾ ਐਂਡ ਬਹੁਤ ਦੂਰ ਦੇ ਵੀ ਨਹੀਂ ਹੈ ਰਾਈਟ ਸੋ ਥੋੜ੍ਹਾ ਮੀਡੀਅਮ ਥੋੜ੍ਹਾ ਹਾਂਜੀ ਮੇਰੇ ਕੋਲ ਸਾਰੇ ਰੇਂਜਸ ਹੁੰਦੀਆਂ ਨੇ ਈਵਨ ਤੁਸੀਂ ਕਹਿੰਦੇ ਤੁਹਾਡੇ ਕੋਲ ਕੋਈ ਪੁਰਾਣੇ ਦੁਪੱਟੇ ਪਏ ਹੁੰਦੇ ਨੇ ਤੁਸੀਂ ਕਹਿੰਦੇ ਹੋ ਕਿ ਮੈਨੂੰ ਮੇਰੇ ਕੋਲ ਇਹ ਚੀਜ਼ ਤਾਂ ਮੈਂ ਤੁਹਾਨੂੰ ਉਹ ਵੀ ਦੱਸ ਦਾਂਗੀ ਕਿ ਨਹੀਂ ਇਹਨੂੰ ਮੋਡੀਫਾਈਡ ਕਰ ਦਿੰਦੇ ਹਾਂ ਅਸੀਂ ਉਹ ਵੀ ਕਰ ਦਿੰਦੇ ਹਾਂ ਕਿ ਤੁਹਾਡੇ ਬਜਟ ਦੇ ਅੰਡਰ ਕਿ ਤੁਹਾਨੂੰ ਬਹੁਤ ਓਵਰ ਵੀ ਨਾ ਲੱਗੇ ਕਿ ਹਾਂ ਇੱਕ ਫੰਕਸ਼ਨ ਤੇ ਜਾਣਾ ਹੈ ਰਾਈਟ ਯੂ ਨੋ ਇੱਤੇ ਪੈਸੇ ਖਰਚਨੇ ਹੈ ਵਿਚ ਇਜ਼ ਨੋਟ ਪ੍ਰੈਕਟੀਕਲ ਤੇ ਉਹ ਵੀ ਮੈਂ ਤੁਹਾਨੂੰ ਦੱਸ ਦਿਆਂਗੀ ਕਿ ਇਹ ਵਾਲਾ ਇਤਨਾ ਮਤਲਬ ਰੇਂਜ ਸਾਡੀ ਉਹ ਨਹੀਂ ਹੁੰਦੀ ਜ਼ਿਆਦਾ ਓਵਰ ਪ੍ਰਾਈਸ ਅਸੀਂ ਨਹੀਂ ਕਰਦੇ ਤੁਹਾਡੇ ਘੱਟ ਬਜਟ ਵਿੱਚ ਵੀ ਤੁਹਾਨੂੰ ਚੀਜ਼ਾਂ ਦੱਸ ਸਕਦੇ ਹਾਂ ਅਸੀਂ ਪਰਫੈਕਟ ਹਾਂਜੀ ਹੋਰ ਸਾਨੂੰ ਕੀ ਚਾਹੀਦਾ ਬਿਲਕੁਲ ਕਿਉਂਕਿ ਬੜੇ ਸਾਰੇ ਫਰੈਂਡਸ ਨਾਲ ਵੀ ਗੱਲ ਹੁੰਦੀ ਹੈ ਆਪਸ 'ਚ ਵੀ ਅਸੀਂ ਗੱਲ ਕਰੀਦਾ ਕਿ ਜਦੋਂ ਵੀ ਲੋੜ ਪੈਂਦੀ ਹੈ ਨਾ ਧਿਆਨ ਸਾਡਾ ਜਾਂਦਾ ਕਿ ਇੰਡੀਆ ਹਾਂਜੀ ਇੰਡੀਆ ਜਾਈਏ ਅਤੇ ਲੈ ਆਈਏ ਉੱਥੇ ਸਾਨੂੰ ਠੀਕ ਮਿਲੇ ਇੱਥੇ ਤਾਂ ਮਿਲੇਗਾ ਹੀ ਨਹੀਂ ਇਹ ਸਾਡੇ ਨਾ ਦਿਮਾਗ ਦੇ ਵਿੱਚ ਹਾਂਜੀ ਹਾਂਜੀ ਸੋ ਗੁੱਡ ਟੂ ਨੋ ਦੈਟ ਥਿੰਗਸ ਆਰ ਅਵੇਲੇਬਲ ਹੇਅਰ ਰਾਈਟ ਐਂਡ ਖੈਰ ਨਿਊਯਾਰਕ ਦੇ ਵਿੱਚ ਤੇ ਅਵੇਲੇਬਲ ਹੈ ਹੁਣ ਬਾਕੀ ਸਾਰਿਆਂ ਨੂੰ ਪਤਾ ਨਹੀਂ ਹੁਣ ਯੂ ਨੋ ਬਾਕੀ ਸ਼ਹਿਰਾਂ 'ਚ ਕੀ ਹੈ ਨਹੀਂ ਕਾਫੀ ਲੋਕੀ ਟੂ ਬੀ ਓਨੈਸਟ ਕਾਫੀ ਲੋਕੀ ਮੇਰੇ ਕੋਲ ਆਉਂਦੇ ਨੇ ਜਿਸ ਤਰ੍ਹਾਂ ਕਹਿੰਦੇ ਨੇ ਕਿ ਅਸੀਂ ਉੱਥੇ ਦੇਖਿਆ ਹੈ ਸਾਨੂੰ ਉਹ ਚੀਜ਼ ਪਸੰਦ ਨਹੀਂ ਆਈ ਹੈ ਸਾਡੇ ਕੋਲ ਟਾਈਮ ਬਹੁਤ ਘੱਟ ਹੈ ਅਸੀਂ ਤੁਸੀਂ ਬਣਵਾ ਦਿਓਗੇ ਤਾਂ ਮੈਂ ਉਹ ਵੀ ਕਰ ਦੇਣੀ ਆ ਤੁਸੀਂ ਇੱਕ ਵਾਰੀ ਦੇਖੋ ਤਾਂ ਸਹੀ ਯੂ ਨੋ ਤੁਹਾਨੂੰ ਪਸੰਦ ਆਏਗੀ ਚੀਜ਼ ਗਾਰੰਟੀ ਕਿ ਚੀਜ਼ ਪਸੰਦ ਆਏਗੀ ਤੁਹਾਨੂੰ ਨਹੀਂ ਜਦ ਤੁਸੀਂ ਇਹੀ ਗਾਰੰਟੀ ਲੈ ਰਹੇ ਹੋ ਕਿ ਅਗਰ ਨਹੀਂ ਪਸੰਦ ਆਏਗੀ ਤਾਂ ਤੁਸੀਂ ਛੱਡ ਜਾਣਾ ਛੱਡ ਜਾਣਾ ਇਸ ਤੋਂ ਜ਼ਿਆਦਾ ਤੇ ਕੁਝ ਹੋ ਨਹੀਂ ਸਕਦਾ ਮੇਰਾ ਖਿਆਲ ਹੈ ਯੂ ਕੈਨ ਬੀ ਮੋਰ ਹਾਂਜੀ ਯੂ ਨੋ ਜਨਰਸ ਅਬਾਊਟ ਇਟ ਹਾਂਜੀ ਸੋ ਐਨੀਵੇਜ਼ ਬਹੁਤ ਸਾਰੇ ਸਵਾਲ ਹੈ ਜਿਹੜੇ ਕਿ ਸਾਰਿਆਂ ਦੇ ਦਿਮਾਗ 'ਚ ਆ ਰਹੇ ਹੋਣੇ ਮੇਰੇ ਵੀ ਆ ਰਹੇ ਨੇ ਅਸੀਂ ਇਸੇ ਤਰ੍ਹਾਂ ਹੋਰ ਗੱਲ ਕਰਦੇ ਰਹਾਂਗੇ ਇੰਝ ਕਰਦੇ ਹਾਂ ਤੁਸੀਂ ਵੀ ਸੋਚ ਕੇ ਰੱਖੋ ਕੀ ਪੁੱਛਣਾ ਹੈ ਮਿਨੀ ਜੀ ਨੂੰ ਐਂਡ ਮੈਂ ਵੀ ਜਿਹੜਾ ਆਪਣੀ ਲਿਸਟ ਬਣਾ ਲਾਂ ਲੈਟ ਮੀ ਟੇਕ ਅ ਸ਼ਾਰਟ ਬ੍ਰੇਕ ਐਂਡ ਕਮ ਬੈਕ ਵੈਲਕਮ ਬੈਕ ਸਾਰਿਆਂ ਦਾ ਫਿਰ ਸਵਾਗਤ ਹੈ ਗੱਲ ਹੋ ਰਹੀ ਹੈ ਮਿਨੀ ਚੱਡਾ ਜੀ ਨਾਲ ਵੈਡਿੰਗ ਕਟੋਰ ਦੇ ਨਾਮ 'ਤੇ ਇਹਨਾਂ ਦੀ ਬੁਟੀਕ ਹੈ ਹਿਕਸਵਿਲ ਨਿਊਯਾਰਕ ਦੇ ਵਿੱਚ ਬਹੁਤ ਅੱਛਾ ਲੱਗ ਰਿਹਾ ਮਿਨੀ ਜੀ ਤੁਹਾਡੇ ਨਾਲ ਗੱਲ ਕਰਨ ਦਾ ਕਿਉਂਕਿ ਜਿਹੜਾ ਤੁਸੀਂ ਮੈਨੂੰ ਬ੍ਰੇਕ 'ਚ ਵੀ ਦੱਸ ਰਹੇ ਸੀ ਕਿ ਨੋਟ ਓਨਲੀ ਕਿ ਤੁਹਾਡੇ ਕੋਲ ਬਿਲਕੁਲ ਅਪਡੇਟਿਡ ਕਲੋਦਿੰਗ ਹੈਗੀ ਹੈ ਫੈਸ਼ਨੇਬਲ ਸਟਾਈਲਿਸ਼ ਬਟ ਤੁਹਾਡੇ ਕੋਲ ਅਸੈਸਰੀਜ਼ ਬਹੁਤ ਹੈ ਹਾਂਜੀ ਐਂਡ ਸਰਵਿਸਿਜ਼ ਵੀ ਬਹੁਤ ਹੈ ਸੋ ਵਨ ਸਟਾਪ ਸ਼ਾਪ ਮੈਂ ਤਾਂ ਕਹਾਂਗੀ ਤੁਹਾਡੀ ਹੈਗੀ ਹੈ ਵੈਡਿੰਗ ਦੀ ਹਾਂਜੀ ਸੋ ਟੈਲ ਅਸ ਮੋਰ ਅਬਾਊਟ ਇਟ ਸਰਵਿਸਿਜ਼ ਅਸੀਂ ਦਿੰਦੇ ਹਾਂ ਜਿਸ ਤਰ੍ਹਾਂ ਕੋਈ ਆਉਂਦਾ ਹੈ ਜੀ ਕਹਿੰਦੇ ਜੀ ਸਾਨੂੰ ਕੋਈ ਹੇਅਰ ਆਰਟਿਸਟ ਹੈਗੀ ਹੈ ਕੋਈ ਉਹ ਵੀ ਦੱਸ ਦਿਓ ਅਸੀਂ ਉਹ ਸਾਡੇ ਕੋਲ ਉਹ ਵੀ ਹੈਗੇ ਨੇ ਅਵੇਲੇਬਲ ਕੋਈ ਢੋਲ ਵਾਲਾ ਮੰਗਦਾ ਹੈ ਸਾਡੇ ਕੋਲ ਢੋਲ ਵਾਲੇ ਵੀ ਹਾਂਜੀ ਢੋਲੀ ਵੀ ਹੈਗੇ ਨੇ ਔਰ ਪਲੱਸ ਸਾਡੇ ਕੋਲ ਮਿਠਾਈ ਵੀ ਅਸੀਂ ਅਰੇਂਜ ਕਰਦੇ ਹਾਂ ਹੋਮ ਮੇਡ ਫਰੈਸ਼ ਮਿਠਾਈ ਕਿ ਜਿਹੜੀ ਤੁਸੀਂ ਕਿਧਰੇ ਵੀ ਚਲੇ ਜਾਓ ਤੁਹਾਨੂੰ ਇਹ ਟੇਸਟ ਨਹੀਂ ਮਿਲਣਾ ਇਹ ਤੇ ਫਿਰ ਮਜ਼ਾ ਆ ਨਾ ਪੰਜਾਬੀ ਵਿਆਹ ਦਾ ਹਾਂਜੀ ਕਿ ਜਿਹੜੇ ਘਰ ਬੈਠੇ ਹੁੰਦੇ ਸੀ ਪਹਿਲੇ ਯੂ نو ਕਿ ਘਰ ਬੈਠੇ ਵਿਆਹ ਦੇ ਉਹ ਮਠਾਈਆਂ ਬਣ ਰਹੀਆਂ ਸੋ ਬਿਲਕੁਲ ਸੇਮ ਇੱਕ ਹਾਂਜੀ ਸੇਮ ਔਰ ਲਾਈਕ ਡਿਫਰੈਂਟ ਤੁਹਾਨੂੰ ਚੀਜ਼ ਮਿਲੇਗੀ ਯਾਨੀ ਕਿ ਤੁਸੀਂ ਕਿਸੇ ਦੇ ਵਿਆਹ ਕੋਈ ਅਟੈਂਡ ਕੀਤਾ ਕਿ ਉਹ ਵਾਲੀ ਡਿਫਰੈਂਟ ਨੋ ਮੇਰੇ ਕੋਲ ਡਿਫਰੈਂਟ ਚੀਜ਼ ਹੀ ਮਿਲੇਗੀ ਤੁਸੀਂ ਇੱਕੋ ਕਰ ਕਰਕੇ ਤੇ ਬੰਦਾ ਥੋੜਾ ਜਿਹਾ ਉਹ ਹੋ ਜਾਂਦਾ ਨਾ ਬੋਰ ਹੋ ਜਾਂਦਾ ਹੈ ਕਿ ਲਾਈਕ ਨਿਊ ਚੀਜ਼ ਚਾਹੀਦੀ ਉਹ ਮਿਲੇਗੀ ਤੁਹਾਨੂੰ ਔਰ ਇਹ ਨਹੀਂ ਕਿ ਇੱਕ ਕਸਟਮਰ ਨੂੰ ਮਿਲੀ ਹੈ ਤੇ ਦੂਜੀ ਨੂੰ ਸੇਮ ਮਿਲੇਗੀ ਨਹੀਂ ਟੋਟਲੀ ਡਿਫਰੈਂਟ ਇੱਕ ਨੂੰ ਡਿਫਰੈਂਟ ਮਿਲ ਰਹੀ ਹੈ ਦੂਸਰੇ ਨੂੰ ਡਿਫਰੈਂਟ ਮਿਲੇਗੀ ਓਕੇ ਹਾਂਜੀ ਸੋ ਮਤਲਬ ਜਿਸ ਤਰ੍ਹਾਂ ਅਸੀਂ ਸ਼ੁਰੂਆਤ 'ਚੋਂ ਦੇਖੀਏ ਜਿਵੇਂ ਵਿਆਹ ਦੀ ਗੱਲ ਕਰ ਰਹੇ ਹਾਂ ਤੇ ਮੈਂ ਅਗਰ ਸੋਚਾਂ ਕਿ ਮੈਂ ਸ਼ਗਨ ਲੈ ਕੇ ਜਾਣਾ ਹੈ ਹਾਂਜੀ ਉਹਦੇ ਵਾਸਤੇ ਡੱਬੇ ਵਗੈਰਾ ਸਭ ਕੁਝ ਹਾਂਜੀ ਉਹਦੇ ਕੋਲ ਉਹਦੇ ਵਾਸਤੇ ਸਾਡੇ ਕੋਲ ਥਾਲ ਹੈ
ਸ਼ਗਨਾਂ ਦੀ ਥਾਲ ਆਉਂਦੀਆਂ ਨੇ ਸਾਡੇ ਕੋਲ ਬਹੁਤ ਸੋਹਣੀਆਂ, ਉਹਦੇ 'ਤੇ ਕਵਰਸ ਹੈਗੇ ਨੇ, ਤੁਸੀਂ ਪੈਕਿੰਗ ਕਹੋਗੇ ਅਸੀਂ ਪੈਕਿੰਗ ਵੀ ਕਰਕੇ ਦਿੰਦੇ ਹਾਂ, ਪਾਊਚਿਸ ਹੈਗੇ ਨੇ, ਜਿਸ ਤਰ੍ਹਾਂ ਤੁਸੀਂ ਮਹਿੰਦੀ ਦਾ ਫੰਕਸ਼ਨ ਕਰਨਾ ਉਹ ਅਸੀਂ ਤੁਹਾਨੂੰ ਸਾਰੇ ਯੂ ਨੋ ਵਿਊਅਰਸ ਨੂੰ ਵੀ ਦੱਸ ਦਈਏ ਕਿ ਅਸੀਂ ਇਹ ਸਾਰਾ ਕੁਝ ਨਾ ਸ਼ੋਅ ਤੱਕ ਜਸਟ ਸਟੇ ਵਿਦ ਅਸ, ਵੀ ਗੋਇੰਗ ਟੂ ਸ਼ੋਅ ਯੂ ਫਿਊ ਸਟੱਫ ਸ਼ੀ ਇਜ਼ ਬ੍ਰੌਟ ਹੇਅਰ, ਅਸੀਂ ਤੁਹਾਨੂੰ ਦਿਖਾਵਾਂਗੇ ਵੀ। ਸੋ ਅੱਛਾ, ਡੱਬੇ ਵਗੈਰਾ ਵੀ ਹੈਗੇ ਆ, ਸਾਰਾ ਕੁਝ ਹੈ, ਐਂਡ ਸਰਵਿਸਿਜ਼ ਵੀ ਤੁਸੀਂ ਅਰੇਂਜ ਕਰ ਦਿੰਦੇ? ਹਾਂਜੀ, ਉਹ ਵੀ ਸਰਵਿਸਿਜ਼ ਵੀ ਅਰੇਂਜ ਕਰ ਦਿੰਦੇ। ਟੋਲੀ ਹੋ ਗਿਆ, ਮਠਾਈ ਹੋ ਗਿਆ, ਮੇਨ ਚੀਜ਼ਾਂ ਤੇ ਇਹੀ ਹੋਈਆਂ, ਮੇਨ ਚੀਜ਼ਾਂ ਇਹੀ ਹੁੰਦੀਆਂ। ਹਾਂਜੀ, ਨੋ ਡਾਊਟ ਤੁਸੀਂ ਕਹਿ ਰਹੇ ਸੀ ਕਿ ਅਸੀਂ ਸਾਰਾ ਸਟ्रेस ਜਿਹੜਾ ਹੈ ਲੈ ਲੈਣੇ। ਹਾਂਜੀ, ਤੁਸੀਂ ਬਸ ਆਪਣੀ ਡੇਟ ਦੱਸੋ ਸਾਨੂੰ, ਸਾਰਾ ਕੁਝ ਅਸੀਂ ਤੁਹਾਨੂੰ ਅਰੇਂਜ ਕਰਕੇ ਵੀ ਦੇਵਾਂਗੇ। ਕੁਝ ਤੁਹਾਨੂੰ ਸਪੈਸੀਫਿਕਲੀ ਚਾਹੀਦੀ ਹੈ ਕਿ ਨਹੀਂ ਜੀ ਸਾਨੂੰ ਇਹ ਚੀਜ਼ ਚਾਹੀਦੀ ਹੈ, ਅਸੀਂ ਮੰਗਵਾ ਵੀ ਦਿੰਦੇ ਹਾਂ ਤੁਹਾਨੂੰ। ਅੱਛਾ, ਜਸਟ ਵੀ ਨੀਡ ਟਾਈਮ, ਦੈਟਸ ਇਟ। ਰਾਈਟ, ਟਾਈਮ ਹੋਏ ਤੇ ਸਾਰਾ ਕੁਝ ਅਸੀਂ ਕਰਵਾ ਵੀ ਦੇਣਾ। ਐਂਡ ਯੂ ਸੁਜੈਸਟ ਆਲਸੋ ਕਿ ਜਿਵੇਂ ਮੇਰੇ ਵਰਗੇ ਬੰਦੇ ਨੂੰ ਤਾਂ ਪਤਾ ਹੀ ਨਹੀਂ ਕਿ ਇੱਥੇ ਕੀ ਕੁਝ ਕਰਨਾ ਹੈ, ਬਟ ਆਈ ਹੈਵ ਸੀਨ ਵੈਡਿੰਗਸ, ਮੈਂ ਕਹੂੰਗੀ ਹਾਏ ਮੈਂ ਉਹ ਵੀ ਕਰ ਲਾਂ, ਉਹ ਵੀ ਕਰ ਲਾਂ। ਹਾਂਜੀ, ਸੋ ਯੂ ਹੈਲਪ ਅਸ ਕਾਈਂਡ। ਹਾਂਜੀ, ਅਸੀਂ ਸਾਰਾ ਤੁਹਾਨੂੰ ਦੱਸਦੇ ਹਾਂ ਕਿ ਉਹਦੇ ਵਿੱਚ ਤੁਹਾਨੂੰ ਇਹ ਚੀਜ਼ ਚਾਹੀਦੀ ਹੋਏਗੀ, ਤੁਹਾਨੂੰ ਦੱਸਦੇ ਵੀ ਹਾਂ, ਇਹ ਕਿ ਨਹੀਂ ਕਿ ਤੁਸੀਂ ਜੋ ਮੰਗਿਆ ਤੁਹਾਨੂੰ ਦਿੱਤਾ, ਨਹੀਂ ਤੁਹਾਨੂੰ ਦੱਸਦੇ ਵੀ ਹਾਂ, ਤੁਹਾਨੂੰ ਫੇਰਿਆਂ ਤੇ ਇਹ ਦੁਪੱਟਾ ਚਾਹੀਦਾ ਹੋਏਗਾ, ਤੁਹਾਨੂੰ ਇਹ ਚੀਜ਼ ਵੀ ਚਾਹੀਦੀ ਹੋਏਗੀ, ਤੁਹਾਨੂੰ ਰਿਮਾਈਂਡ ਕਰਵਾਉਣੇ ਰਹਿਣੇ ਨਾਲ ਕਿ ਤੁਸੀਂ ਭੁੱਲ ਨਾ ਜਾਓ, ਯੂ ਨੋ ਕਿ ਆਲ ਆਫ ਸਡਨ ਤੁਸੀਂ ਵਿਆਹ ਕਰ ਰਹੇ ਹੋ ਐਂਡ ਉਹ ਇਹ ਚੀਜ਼ ਤੇ ਹੈ ਨਹੀਂ, ਹੁਣ ਬਰਾਤੀ ਸਾਹਮਣੇ ਖੜੇ ਨੇ, ਉਹ ਤੁਹਾਡੇ ਕੋਲ ਉਹ ਚੀਜ਼ ਨਾ ਹੋਏ, ਵਿਚ ਇਜ਼ ਯੂ ਨੋ ਲਾਈਕ ਬੜਾ ਲਾਈਕ ਉਹ ਲੱਗਦਾ ਹੈਗਾ। ਸੋ ਉਹ ਵੀ ਤੁਹਾਨੂੰ ਦੱਸਦੇ ਆ। ਸੋ ਰਾਈਟ, ਇਟਸ ਰਿਮਾਈਂਡਿੰਗ ਮੀ ਆਫ ਅ ਟਾਈਮ ਜਿਹਦਾ ਕਿ ਅਸੀਂ ਬੜੀ ਕਲੋਜ਼ ਕਿਸੇ ਦੇ ਵੈਡਿੰਗ ਤੇ ਗਏ ਹੋਏ ਐਂਡ ਕਿਸੇ ਵੀ ਬੰਦੇ ਨੂੰ ਨਹੀਂ ਧਿਆਨ ਆਇਆ ਕਿ ਉਹ ਜਿਹੜਾ ਪੱਲਾ ਪਕੜਾਉਂਦੇ ਨੇ, ਹਾਂਜੀ, ਉਹੀ ਮਿਸਿੰਗ ਸੀ, ਉਹੀ ਮਿਸਿੰਗ ਸੀ, ਯੂ ਨੋ ਹੁਣ ਕੁੜੀ ਨੂੰ ਪੱਲਾ ਪਕੜਾ ਰਹੇ ਨੇ ਕਿ ਹੁਣ ਉਹਨਾਂ ਨੇ ਫੇਰੇ ਲੈਣੇ ਤੇ ਪੱਲੇ ਵੀ ਸਾਡੇ ਕੋਲ, ਜਿਸ ਤਰ੍ਹਾਂ ਆਮ ਪਿੰਕ ਦੁਪੱਟਾ ਨਹੀਂ ਹੁੰਦਾ, ਸਾਡੇ ਕੋਲ ਸਪੈਸ਼ਲ ਦੁਪੱਟੇ ਹੁੰਦੇ ਨੇ ਜੀ, ਕੁੜੀ ਨੂੰ ਚੁੰਨੀ ਚੜਾਣੀ, ਉਹਦੇ ਦੁਪੱਟੇ ਹੈਗੇ, ਕੁਵਾਰ ਧੋਤੀ ਦਾ ਸਮਾਨ ਹੈਗਾ, ਟ੍ਰੇਸ, ਸ਼ਗਨਾ ਦੀ ਥਾਲ, ਹੇਨਾ, ਪੋਟਲੀ, ਹੇਨਾ ਵਾਲੀ ਵੀ ਤੁਸੀਂ ਅਰੇਂਜ ਕਰ ਦਿੰਦੇ? ਹਾਂਜੀ, ਉਹ ਵੀ ਅਸੀਂ ਅਰੇਂਜ ਕਰ ਦਿੰਦੇ ਹਾਂ। ਡੱਬੇ ਜਿਹੜੇ ਆ, ਪੋਟਲੀਜ਼ ਹੈਗੀਆਂ ਨੇ, ਤੁਸੀਂ ਕਿੰਨਾ ਸੋਹਣਾ ਆ ਗਿਆ, ਬਹੁਤ ਸੋਹਣਾ ਅੱਜ ਕੱਲ੍ਹ, ਜਿਸ ਤਰ੍ਹਾਂ ਤੁਸੀਂ ਮਹਿੰਦੀ ਦਾ ਮਹਿੰਦੀ ਅਤੇ ਤੁਸੀਂ ਅੱਗੇ ਡੱਬੇ ਵੀ ਦੇਣੇ ਨੇ ਕਿਸੇ ਨੂੰ, ਅਤੇ ਤੁਹਾਡੀ ਬਜਟ ਵਿੱਚ ਉਹ ਵੀ ਦੇ, ਮਤਲਬ ਤੁਹਾਨੂੰ ਦੱਸ ਦਿੰਦੇ ਹਾਂ ਕਿ ਤੁਸੀਂ ਤੁਸੀਂ ਦੱਸੋ ਸਾਨੂੰ ਕਿ ਤੁਹਾਡਾ ਕੀ ਬਜਟ ਹੈਗਾ, ਉਸਦੇ ਅਕੋਰਡਿੰਗ ਤੁਹਾਨੂੰ। ਸੋ ਜਿਵੇਂ ਅੱਜ ਕੱਲ੍ਹ ਕਾਰਡਸ ਦੇ ਨਾਲ ਹੋ ਗਿਆ ਕਿ ਕੁਝ ਛੋਟਾ ਜਿਹਾ, ਹਾਂਜੀ, ਨਾਲ ਲੈ ਕੇ ਜਾਣਾ ਅਗਰ ਉਹ ਵੀ, ਹਾਂਜੀ, ਕਾਰਡ ਵੀ ਅਸੀਂ ਪ੍ਰਿੰਟ ਕਰਵਾ ਕੇ ਦਿੰਦੇ ਹਾਂ। ਅੱਛਾ, ਹਾਂਜੀ, ਉਹ ਇੱਕ ਵੀਕ ਲੱਗਦਾ, ਤੁਸੀਂ ਦੇਖੋ ਤੁਹਾਨੂੰ ਪ੍ਰਿੰਟ ਕਰਕੇ ਦਿੰਦੇ ਹਾਂ, ਜੇ ਤੁਸੀਂ ਕਰਦੇ ਹੋ ਕਿ ਹਾਂ ਠੀਕ ਹੈ, ਦੈਨ ਅਸੀਂ ਹੋਰ ਤੁਹਾਨੂੰ ਹੋਰ ਬਣਵਾ ਕੇ ਦੇ ਦਿੰਦੇ ਐਜ਼ ਅ ਸੈਂਪਲ, ਤੁਹਾਨੂੰ ਇੱਕ ਬਣਵਾ ਕੇ। ਸੋ ਵਾਟ ਡੂ ਯੂ ਥਿੰਕ ਪ੍ਰਾਈਸਸ ਵਾਈਜ਼, ਯੂ ਕੋਈ ਵਿਚ ਇਜ਼ ਵੈਰੀ ਰੀਜ਼ਨੇਬਲ, ਕੋਈ ਉਹ ਨਹੀਂ ਕਿ ਤੁਸੀਂ ਕਹਿੰਦੇ ਹੋ ਕਿ ਨਹੀਂ ਜੀ ਅਸੀਂ ਇੰਡੀਆ ਤੋਂ ਮੰਗਵਾਉਂਦੇ ਹਾਂ ਅਤੇ ਸਾਨੂੰ ਇਹ ਚੀਜ਼ ਮਹਿੰਗੀ ਪੈਂਦੀ ਹੈ ਜਾਂ ਸਸਤੀ ਪੈਂਦੀ ਹੈ, ਨੋ, ਅੱਛਾ, ਇਟਸ ਅ ਸੇਮ ਰੇਟ, ਇਟਸ ਮੇ ਬੀ ਚੀਪਰ। ਅੱਛਾ, ਹਾਂਜੀ, ਮੈਨੂੰ ਕਈ ਕਸਟਮਰ ਦੱਸਦੇ ਨਾ ਆ ਕੇ ਕਿ ਸਾਨੂੰ ਤਾਂ ਬਹੁਤ ਚੀਪ ਪੈਂਦਾ ਪਿਆ। ਰਾਈਟ, ਨਹੀਂ ਕਿੰਨਾ ਹੈਸਲ ਫ੍ਰੀ ਹੈ ਯਾਰ, ਇੱਥੇ ਮਿਲ ਜਾਣਾ, ਹਾਂਜੀ, ਦੈਟਸ ਅ ਬਿਗਰ ਦੈਨ ਐਨੀਥਿੰਗ। ਐਂਡ ਤੁਸੀਂ ਉਹ ਵੀ ਦੱਸ ਰਹੇ ਸੀ ਕਿ ਯੂ ਨੋ ਅਗਰ ਜਿਵੇਂ ਇੱਕ ਬੰਦਾ ਕੋਈ ਇੱਕ ਚੁੱਕ ਰਿਹਾ ਤੇ ਦੈਟ ਡੈਫੀਨਿਟਲੀ ਵਿਲ ਬੀ ਅ ਡਿਫਰੈਂਟ ਪ੍ਰਾਈਸ। ਆਫ ਕੋਰਸ, ਅਗਰ ਜਿਸ ਤਰ੍ਹਾਂ ਇੱਕ ਤੁਸੀਂ ਇੱਕ ਬਾਕਸ ਕੋਈ ਮੇਰੇ ਕੋਲ ਆ ਰਿਹਾ ਹੈ ਜੀ, ਇੱਕ ਬਾਕਸ ਸਾਨੂੰ ਦੇ ਦਿਓ, ਠੀਕ ਹੈ, ਉਹਦਾ ਡਿਫਰੈਂਟ ਪ੍ਰਾਈਸ ਹੈ, ਤੁਸੀਂ ਉਹ 50 ਲਓਗੇ ਜਾਂ 100 ਲਓਗੇ, ਕੁਆਂਟੀਟੀਜ਼ ਲਓਗੇ, ਉਹੀ ਤੁਹਾਨੂੰ ਹੋਲਸੇਲ ਪ੍ਰਾਈਸ ਲੱਗੇਗਾ। ਇਹ ਨਹੀਂ ਕਿ ਇੱਕ ਦਾ ਪ੍ਰਾਈਸ ਇਤਨਾ ਹੈਗਾ ਤੇ ਤੁਹਾਨੂੰ, ਨੋ, ਤੁਹਾਨੂੰ ਹੋਲਸੇਲ ਪ੍ਰਾਈਸ ਹੀ ਦੇਵਾਂਗੇ ਜੀ। ਹਾਂਜੀ, ਦੈਟਸ ਪਰਫੈਕਟ, ਬਹੁਤ ਅੱਛਾ। ਲੈਟਸ ਸੀ, ਲੈਟਸ ਟੇਕ ਸਮ ਕਾਲਸ ਐਂਡ ਸੀ ਕੀ ਕਹਿ ਰਹੇ ਨੇ। ਹੈਲੋ, ਹਾਂਜੀ ਬੇਟਾ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਆਂਟੀ, ਦੱਸੋ ਕੀ ਹਾਲ ਤੁਹਾਡਾ? ਤੁਹਾਡੇ ਨਾਲ ਵਾਲੀ ਭੈਣ ਨੂੰ, ਤੁਹਾਡੇ ਨੂੰ ਸਤਿ ਸ਼੍ਰੀ ਅਕਾਲ ਬੇਟਾ, ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਪਿਆਰ। ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ ਜੀ। ਮੈਂ ਕਾਲ ਕੀਤੀ, ਇੱਕ ਤਾਂ ਇਹਨਾਂ ਦੀ ਮੈਂ ਆਈਟੀ ਵਿੱਚ ਵੇਖਦੀ ਹੁੰਦੀ ਆ। ਅੱਛਾ ਜੀ, ਅੱਛਾ, ਮੈਨੂੰ ਇੰਨਾ ਚੰਗਾ ਲੱਗਦਾ ਬਹੁਤ, ਹਰ ਸਗਨ ਦਾ, ਹਰ ਚੀਜ਼ ਦਾ, ਹਰ ਤਵੇਕ ਦਾ ਇਹਨਾਂ ਕੋਲ ਸਮਾਨ ਹੈ। ਰਾਈਟ, ਕਈ ਲੋਕ ਜਿਹੜੇ ਨੇ ਬਾਹਰ ਕਰ ਲਏ ਹੁੰਦੇ ਨੇ ਸ਼ੋਪਿੰਗ ਇਹਨਾਂ ਕੋਲ ਨਾ। ਹਾਂਜੀ ਹਾਂਜੀ ਜੀ, ਮੈਂ ਕਹਾਂਗੀ ਤੁਹਾਡਾ ਸੂਟ ਇੰਨਾ ਪਿਆਰਾ ਬੇਟੇ ਲੱਗਾ, ਇੰਨਾ ਤੁਹਾਨੂੰ ਸੱਜਿਆ, ਬੜਾ ਸੋਹਣਾ, ਇਹ ਵੀ ਤੁਸੀਂ ਇਹਨਾਂ ਕੋਲ ਲਿਆ? ਹਾਂਜੀ ਬਿਲਕੁਲ, ਇਹਨਾਂ ਨੇ ਹੀ ਦਿੱਤਾ ਮੈਨੂੰ। ਵਧੀਆ, ਥੈਂਕ ਯੂ, ਤੁਹਾਡਾ ਇੱਡਾ ਸੋਹਣਾ ਸੂਟ ਹੋ ਰਹਿੰਦੇ ਨੇ ਪਾਇਆ ਤੁਸੀਂ। ਹਾਂਜੀ, ਥੈਂਕ ਯੂ ਜੀ, ਥੈਂਕ ਯੂ। ਤੁਸੀਂ ਇੱਧਰ ਨੰਬਰ ਦਿਆ ਕਰੋ, ਕਾਫੀ ਵਿਆਹ ਨੇ ਅੱਜ ਕੱਲ੍ਹ ਇੱਥੇ ਵੀ। ਹਾਂ ਬਿਲਕੁਲ, ਤੇ ਜਿਹੜੀ ਸਕਰੀਨ ਤੇ ਨੰਬਰ ਆਏਗਾ ਨਾ, ਮੈਂ ਇੱਕ ਦੋ, ਇੱਕ ਤਾਂ ਮੈਂ ਨੋਟ ਕੀਤਾ, ਇੱਕ ਦੋ ਹੋਰ ਕਰ ਲਵਾਂਗੀ। ਠੀਕ ਹੈ, ਠੀਕ, ਤੇ ਚਲੋ ਅੱਗੇ ਅੱਗੇ ਦੇਣਾ ਚਾਹੀਦਾ ਹੈ। ਇਹਨਾਂ ਨੇ ਵੀ ਆਪਣਾ ਜੋ ਵੀ ਕੋਈ ਬਿਜ਼ਨਸ ਕਰਦਾ, ਕੁਛ ਕਰਦਾ, ਉਹ ਆਪਣੇ ਲਾਭ ਵਾਸਤੇ ਵੈਗਰੂ ਇਹਨਾਂ ਨੂੰ ਅੱਗੇ ਵਧਾਵੇ ਤੇ ਬੜੀ ਸੇਲ ਹੋਵੇ। ਅੱਜ ਕੱਲ੍ਹ ਵਿਆਹ ਬੜੇ ਨੇ, ਤੁਸੀਂ ਰੰਜੇਵੇ ਚ ਆਸ਼ੀਰਵਾਦ। ਥੈਂਕ ਯੂ ਜੀ, ਥੈਂਕ ਯੂ ਫੋਰ ਯੂਰ ਬਲੈਸਿੰਗਸ। ਤੁਹਾਡੇ ਕੋਲ ਲਿਆ, ਬੜਾ ਸੋਹਣਾ ਸੂਟ, ਬੜਾ ਸੱਜਿਆ ਹੈ ਜੇ, ਤੇ ਤੁਸੀਂ ਕਾਲਾ ਲਵੋ। ਤੁਹਾਨੂੰ ਬਹੁਤ ਬਹੁਤ, ਦੋ ਕੁੜੀਆਂ ਨੇ ਪਿਆਰ ਮੇਰੇ ਵੱਲੋਂ, ਮੈਂ ਬੜੀ ਖੁਸ਼ ਹੋਈ ਤੁਹਾਨੂੰ ਵੇਖ ਕੇ। ਥੈਂਕ ਯੂ ਜੀ, ਥੈਂਕ ਯੂ, ਥੈਂਕ ਯੂ, ਥੈਂਕ ਯੂ, ਓਕੇ ਓਕੇ।
ਆਂਟੀ ਵਾਕਣ ਅਸੀਸਾਂ ਹੀ ਦੇਣ ਵਾਸਤੇ ਕਾਲ ਕਰੋ, ਗੱਲ ਜ਼ਰੂਰ ਕਰੋ, ਕਿਉਂਕਿ ਜਿਵੇਂ ਅਸੀਂ ਹਮੇਸ਼ਾ ਮਿਨੀ ਅਸੀਂ ਗੱਲ ਕਰਦੇ ਹਾਂ ਇਸ ਸ਼ੋਅ ਦੇ ਉੱਤੇ ਕਿ ਆਈ ਕੰਸੀਡਰ ਦਿਸ ਐਸ ਮਾਈ ਲਿਵਿੰਗ ਰੂਮ, ਹਾਂਜੀ, ਹੁਣ ਸਾਰੇ ਬੈਠੇ ਹੈ ਗੱਲਾਂ ਮਾਰ ਰਹੇ ਹਾਂ ਸਿਰਫ, ਸੋ ਹੁਣ ਤੁਹਾਡੇ ਤੁਸੀਂ ਇੱਕ ਤਰ੍ਹਾਂ ਨਾਲ ਪਰਿਵਾਰ ਪਹਿਲੇ ਬਣਿਆ ਹੋਇਆ, ਤੁਸੀਂ ਐਸ ਗੈਸਟ ਆਏ ਹੋ ਤੇ ਸਾਰਿਆਂ ਨੂੰ ਯੂ ਨੋ ਮਿਲ ਕੇ ਜ਼ਰੂਰ ਕਾਲ ਕਰੋ ਤੇ ਮਿਨੀ ਜੀ ਨਾਲ ਗੱਲ ਕਰੋ, ਪਰ ਉਹੀ ਆਈ ਥਿੰਕ ਯੋਰ ਜੋ ਵੀ ਤੁਸੀਂ ਦੱਸ ਰਹੇ ਹੋ ਚੀਜ਼ਾਂ ਔਰ ਜੋ ਮੈਂ ਚੀਜ਼ਾਂ ਦੇਖੀਆਂ ਵੀ ਹਾਂ ਉਹਦੇ ਵਿੱਚ ਨਾ ਦਿਸ ਲਾਈਕ ਸਟਾਈਲ, ਹਾਂਜੀ, ਦਿਸ ਸਵੈਗ ਕਾਈਂਡ ਆਫ ਯੂ ਨੋ ਇਟਸ ਲਾਈਕ ਇਟ ਵੈਰੀ ਅਪਡੇਟਡ, ਹਾਂਜੀ ਵੈਰੀ ਅਪਡੇਟਡ, ਲਾਈਕ ਜਿਸ ਤਰ੍ਹਾਂ ਤੁਸੀਂ ਹੁਣ ਦੇਖੋ ਮੇਰੇ ਕੋਲ ਕਈ ਕਸਟਮਰ ਐਸੇ ਆਉਂਦੇ ਨੇ ਤੁਹਾਡੇ ਕੋਲ ਇਹ ਚੀਜ਼ ਹੈਗੀ ਹੈ, ਮੈਂ ਕਿਹਾ ਮੇਰੇ ਕੋਲ ਬੜੀ ਹਟਕੇ ਔਰ ਬੜੀ ਅੱਛੀ ਚੀਜ਼ ਹੈ, ਲਾਈਕ ਹੁਣ ਇੰਡੀਆ ਜੋ ਲੇਟੈਸਟ ਚੱਲ ਰਹੇ ਜਾਂ ਬੋਂਬੇ ਜੋ ਲੇਟੈਸਟ ਚੱਲ ਰਹੇ ਉਹ ਮੇਰੇ ਕੋਲ ਆਉਂਦੀ ਹੈ ਉਹ ਚੀਜ਼, ਸੋ ਮੈਂ ਕਈ ਵਾਰੀ ਕਸਟਮਰ ਮੇਰੇ ਕੋਲ ਆਉਂਦੇ ਨੇ ਕਹਿੰਦੇ ਨੇ ਕਿ ਸਾਡੇ ਕੋਲ ਹੈ, ਮੈਂ ਕਹਿੰਦੀ ਉਹ ਤਾਂ ਬੜਾ ਪੁਰਾਣਾ ਫੈਸ਼ਨ, ਮੈਂ ਤੁਹਾਨੂੰ ਨਵਾਂ ਦਿਖਾਵਾਂ, ਅਗਰ ਤੁਹਾਨੂੰ ਪਸੰਦ ਹੈ ਤਾਂ ਯੂ ਨੋ ਤੁਸੀਂ ਲੈ ਸਕਦੇ, ਸੋ ਮਤਲਬ ਨਵੀਆਂ ਚੀਜ਼ਾਂ ਜ਼ਿਆਦਾ ਅਸੀਂ ਰੱਖਦੇ ਹਾਂ, ਅਗਰ ਤੁਸੀਂ ਕਹੋਗੇ ਕਿ ਨਹੀਂ ਮੈਂ ਮੈਨੂੰ ਪੁਰਾਣੇ ਵਿੱਚ ਮੈਨੂੰ ਇਹ ਚੀਜ਼ ਚਾਹੀਦੀ ਹੈ, ਮੰਗਵਾ ਵੀ ਦਿੰਦੇ ਹਾਂ, ਅੱਛਾ, ਹਾਂਜੀ, ਸੋ ਯੂ ਕੈਨ ਕ੍ਰੀਏਟ ਦੈਟ, ਯੈਸ, ਬਿਕੋਜ਼ ਕਈਆਂ ਦੀ ਲਾਈਕਿੰਗ ਹੋ ਜਾਂਦੀ ਹੈ, ਡਿਫਰੈਂਟ ਹੁੰਦੀ ਹੈ ਕਿ ਜਿਸ ਤਰ੍ਹਾਂ ਕਲਰ ਵਾਈਜ਼ ਤੁਸੀਂ ਕਹਿੰਦੇ ਹੋ ਕਿ ਨਹੀਂ ਮੈਨੂੰ ਇਹ ਕਲਰ ਨਹੀਂ ਪਸੰਦ, ਮੈਨੂੰ ਇਹਦੇ ਵਿੱਚ ਤੁਸੀਂ ਡਿਫਰੈਂਟ ਚੀਜ਼ ਬਣਵਾ ਦਿਓ ਉਹ ਵੀ ਬਣਵਾ ਦਿੰਦੇ ਹਾਂ, ਹਾਂਜੀ, but you must be needing time for that, haji I do need a time, like I can say for kapde waste I need 2 to 3 weeks, acha then ban jandi hai cheez, oh not bad, haji 2-3 weeks se india lag jande hai utthe, te I think india ja ke jehde chakkar hai gaye na, chakkar hai gaye, haji oh sanu tang kar dende hai pure, like assi agar mahine waste vi jaiye which is a long vacation, haji tusi jande sar kuch dende ho and till the end ਤੁਹਾਨੂੰ ਨਹੀਂ ਮਿਲਦਾ, ਹਾਂਜੀ, ਈਵਨ ਤੁਸੀਂ ਫਲਾਈਟ ਤੱਕ ਬੈਠ ਰਹੇ ਹੁੰਦੇ ਹੋ ਬੰਦਾ ਤੁਹਾਡੇ ਕੋਲ ਸਮਾਨ ਦੇਣ ਆਉਂਦਾ ਹੈਗਾ ਏਅਰਪੋਰਟ, ਸੋ ਰਾਈਟ, ਬਟ ਇਟ ਬਿਕਮ ਸੋ ਮਚ ਆਫ ਸਟ੍ਰੈਸ, ਐਂਡ ਉਹ ਕਹਿੰਦੇ ਨਾ ਕਿ ਸਾਰੀ ਜਿਹੜੀ ਬਾਕੀ ਫੈਮਿਲੀ ਉਹ ਸਾਨੂੰ ਬੁਰਾ ਵੀ ਬੋਲ ਰਹੀ ਹੁੰਦੀ ਹੈ ਵੀ ਤੁਸੀਂ ਕਰਨ ਕੀ ਆਏ ਹੋ, ਜਸਟ ਸਟੇ ਕਰਨ ਆਏ ਹੋ, ਹਾਂਜੀ, ਸੋ ਆਈ ਥਿੰਕ ਇਟ ਸੇਵਸ ਅਸ ਅ ਲੋਟ ਆਫ ਟਾਈਮ, ਲੋਟ ਆਫ ਹੈਸਲ ਆਲਸੋ, ਰਾਈਟ, ਕਿ ਇਟਸ ਅ ਵਨ ਸਟਾਪ ਸ਼ਾਪ, ਯੂ ਨੋ, ਹਾਂਜੀ, ਸੋ ਉਹੀ ਅਸੀਂ ਪਹਿਲੇ ਗੱਲ ਕਰ ਰਹੇ ਸੀ ਸਾਰੇ ਜਿਹੜੇ ਯੂ ਨੋ ਸਟਾਫ ਦੇ ਵਿੱਚੋਂ ਵੀ ਨਵੇਂ ਮੁੰਡੇ ਹੈਗੇ ਆ ਜਿਹੜੇ ਕਿ ਯੂ ਨੋ ਬੈਚਲਰਸ, ਹਾਂਜੀ, ਸੋ ਵੈਡਿੰਗ ਕਰਨ ਨਹੀਂ ਹੋਏ ਤੇ ਮਤਲਬ ਮਿਨੀ ਜੀ ਨੂੰ ਪੁੱਛੋ, ਹਾਂਜੀ, ਐਂਡ ਉਹ ਸਾਰਾ ਕੁਝ ਅਰੇਂਜ ਕਰ ਦੇਣਗੇ, ਕੋੜੀ ਸਮਿਥ, ਹਾਂਜੀ, ਸੋ ਕੋੜੀ ਵੀ ਅਰੇਂਜ ਕਰ ਦੇਣਗੇ ਤੇ ਟੋਲੀ ਵੀ ਨਾਲ, ਟੋਲੀ ਵੀ, ਹਾਂਜੀ, ਸੋ ਵੈਰੀ ਨਾਈਸ, ਸੋ ਇਸੇ ਤਰ੍ਹਾਂ ਹੋਰ ਗੱਲਾਂ ਹੁੰਦੀਆਂ ਰਹਿਣਗੀਆਂ, ਤੁਸੀਂ ਸਾਡੇ ਨਾਲ ਜੁੜੇ ਰਹੋ ਔਰ ਕਾਲ ਵੀ ਜ਼ਰੂਰ ਕਰੋ, ਲੈਟ ਮੀ ਟੇਕ ਅ ਸ਼ਾਰਟ ਬ੍ਰੇਕ. That's something. ਬਹੁਤ ਸੋਹਣਾ ਸਮਾਨ ਹੈ ਤੁਹਾਡੇ ਕੋਲ ਮਿਨੀ ਜੀ. ਥੈਂਕ ਯੂ ਜੀ. ਬਿਊਟੀਫੁਲ. ਸੋ ਸਾਰੇ ਗਾਹਕਾਂ ਨੂੰ ਵੀ ਕਹਿ ਦਈਏ ਬਈ ਵੈਲਕਮ ਬੈਕ ਟੂ ਦਾ ਸ਼ੋਅ, ਬਟ ਵੀ ਆਰ ਇਨ ਮਿਨੀਜ ਯੂ ਨੋ ਬੁਟੀਕ ਰਾਈਟ ਨਾਓ. ਸੋ ਦੇਖੋ ਜੀ ਸਾਰਾ ਬਹੁਤ ਸੋਹਣਾ ਸਮਾਨ ਇਹਨਾਂ ਕੋਲ. ਸੋ ਟੈਲ ਮੀ ਮੋਰ ਮਿਨੀ, ਇਹ ਦੇਖੋ ਪਾਊਚਿਸ ਤੁਹਾਡੇ ਬੜੇ ਹੀ ਸੋਹਣੇ ਹੈ. ਦਿਸ ਵਾਸ ਸੱਚ ਅ ਪ੍ਰੀਟੀ ਪਾਊਚ. ਐਂਡ ਬੰਦੇ ਕਿਸ ਤਰ੍ਹਾਂ ਕਿਉਂ ਲੈਂਦੇ ਹੈ? ਇਹ ਲੈਂਦੇ ਨੇ ਜਿਸ ਤਰ੍ਹਾਂ ਕਈ ਵਾਰੀ ਮਿਲਣੀ ਤੇ ਦੇਣੇ ਹੁੰਦੇ ਨੇ. ਆਈ ਥਿੰਕ ਮੈਂ ਤੇ ਅਗਰ ਕਾਰਡ ਵੰਡਣ ਜਾਵਾਂ ਤੇ ਨਾਲ ਇਹ ਵੀ ਤੁਸੀਂ ਦੇ ਸਕਦੇ ਹੋ. ਹਾਂਜੀ, ਤੁਸੀਂ ਇੱਕ ਡਰਾਈ ਫਰੂਟ ਪਾ ਕੇ ਦੇ ਸਕਦੇ ਹੋ ਇਹਦੇ ਵਿੱਚ. ਹਾਂਜੀ, ਇਹਦੇ ਵਿੱਚ ਕਲਰਸ ਵੀ ਆਉਂਦੇ ਨੇ. ਅੱਛਾ, ਅਕੋਰਡਿੰਗ ਟੂ ਯੂਰ ਟੇਸਟ ਤੁਸੀਂ ਕਹੋ ਕਿ ਨਹੀਂ ਮੈਨੂੰ ਇਹ ਕਲਰ ਨਾਲ ਇਹ ਕਲਰ ਕੰਬੀਨੇਸ਼ਨ ਚਾਹੀਦਾ, ਅਸੀਂ ਕਲਰ ਵੀ ਤੁਹਾਨੂੰ ਬਣਾ ਕੇ ਦਿੰਦੇ ਹਾਂ. ਪਰਫੈਕਟ. ਸਾਈਜ਼, ਈਵਨ ਤੁਸੀਂ ਕਹੋ ਕਿ ਮੈਨੂੰ ਸਾਈਜ਼ ਛੋਟਾ ਵੀ ਚਾਹੀਦਾ, ਅੱਛਾ, ਸਾਈਜ਼ ਛੋਟਾ ਵੱਡਾ ਵੀ ਹੋ ਜਾਂਦਾ. ਸੋ ਦਿਸ ਇਜ਼ ਸਮਥਿੰਗ ਫਾਰ ਦ ਸਿਮਿਲਰ. ਇਹ ਵੀ ਬੜਾ ਸੋਹਣਾ ਲੱਗਦਾ. ਹਾਂਜੀ, ਇਹ ਵੀ ਬਾਕਸ ਹੈਗਾ, ਕੁਝ ਛੋਟਾ ਹੈ, ਯੂ ਕੈਨ ਐਡ ਸਮਥਿੰਗ ਸਮਾਲ. ਹਾਂਜੀ, ਜਿਸ ਤਰ੍ਹਾਂ ਤੁਸੀਂ ਕੜੋਲੀ ਤੇ ਦੇਣੇ ਨੇ, ਡੱਬੇ ਦੇਣੇ ਨੇ ਕਿਸੇ ਨੂੰ, ਹੈ ਨਾ, ਉਹਦੇ ਵਿੱਚ ਵੀ ਤੁਸੀਂ ਮਿਠਾਈ ਵੀ ਪਾ ਸਕਦੇ ਹੋ, ਡਰਾਈ ਫਰੂਟ ਵੀ ਪਾ ਸਕਦੇ ਹੋ. ਓ ਯਾ, ਦੈਟ ਕਮਸ, ਕੜੋਲੀ ਵੀ ਤੁਹਾਡੇ ਕੋਲ ਮਿਲ ਜਾਏਗੀ? ਹਾਂਜੀ, ਸਾਡੇ ਕੋਲ ਕੜੋਲੀ ਵੀ ਹੁੰਦੀ ਹੈ, ਸਾਡੇ ਕੋਲ ਜਾਗੋ ਦਾ ਸਮਾਨ ਵੀ ਹੈਗਾ. ਸਾਡੇ ਪੰਜਾਬੀਆਂ ਦੀ ਤਾਂ ਐਸ਼ ਹੋ ਗਈ ਮਿਨੀ ਤੁਹਾਡੇ ਸਟੋਰ ਨਾਲ. Oh, I love this. Look at this one. This is also a very pretty box. And this is like a multi-purpose box and reusable. Any ki tusi ek wari cheez pa ke, no, it's like a reusable. Tusi use karke te apne dressing table te rakh ke kuch bhi rakh sakde ho, pa sakde ho. Haan ji, bahut sona hai. Acha, kinne sare boxes hage hain? Haan ji, boxes hai, yeah, trays hai. Haan ji, eh loki bade lande ho. Haan ji, money endless mere bahut chalde ne. ਲੋਕੀ ਕਾਫੀ ਹੁਣ ਤੇ ਥੋੜੇ ਬਹੁਤ ਮਤਲਬ ਇੱਕੋ ਡਿਜ਼ਾਈਨਸ ਕਾਫੀ ਆਉਂਦੇ ਨੇ, ਜਸਟ ਨਾਟ ਓਨਲੀ ਵੈਡਿੰਗ. ਆਈ ਥਿੰਕ ਕੀ ਕਹਿਣਾ ਹੈ ਗੱਲਬਾਤ ਵਿਊਅਰਸ, ਤੁਸੀਂ ਵੀ ਕਾਲ ਵੀ ਕਰ ਸਕਦੇ ਹੋ, ਪਰ ਦਿਸ ਆਈ ਕੈਨ ਈਜ਼ੀਲੀ ਕੋਈ ਬੇਬੀ ਸ਼ਾਵਰ ਹੋਏ ਤਾਂ ਵੀ. ਹਾਂਜੀ, ਕੋਈ ਬ੍ਰਾਈਡਲ ਸ਼ਾਵਰ ਹੈ, ਬੇਬੀ ਸ਼ਾਵਰ ਹੈ, ਦ ਮਨੀ ਐਨਵਲਪ ਤੇ ਕਿਤੇ ਵੀ ਯੂਜ਼ ਕਰ ਸਕਦੇ ਹੋ ਤੁਸੀਂ. ਹਾਂਜੀ, ਸੋ ਪ੍ਰੀਟੀ. ਹਾਂਜੀ, ਕਲਰਸ ਉਹਦੇ 'ਚ ਹੋਰ ਵੀ ਦੇਖੋ ਕਿੰਨੇ ਹੈਗੇ ਮੇਰੇ ਕੋਲ. ਅੱਛਾ, ਤੁਸੀਂ ਨਾਲ ਇਹਦੇ ਹੋਰ ਵੀ, ਤੁਹਾਨੂੰ ਅਗਰ ਅਸੀਂ ਕਹੀਏ ਕਿ ਨਹੀਂ ਮੈਨੂੰ ਇਸ ਕਲਰ 'ਚ ਨਹੀਂ ਕੁਝ ਹੋਰ, ਤੁਸੀਂ ਯੂ ਕੈਨ ਗੈਟ ਇਟ ਮੇਡ. ਹਾਂਜੀ. ਓ ਵਾਓ, ਈਵਨ ਤੁਸੀਂ ਕਹੋਗੇ ਕਿ ਮੈਨੂੰ ਪ੍ਰਿੰਟ ਕਰਵਾਉਣਾ ਹੈ ਆਪਣਾ ਨਾਮ, ਉਹ ਵੀ ਕਰਵਾ ਸਕਦੇ ਹੋ. ਓ
ਹਾਂ ਜੀ ਦੈਟਸ ਰੀਅਲੀ ਅਮੇਜ਼ਿੰਗ ਵੈਰੀ ਨਾਈਸ ਸੋ ਕਾਲਸ ਵੀ ਤੁਸੀਂ ਇੱਥੇ ਸਟੋਰ ਤੇ ਬੈਠ ਕੇ ਵੀ ਅਸੀਂ ਕਾਲਸ ਲੈ ਸਕਦੇ ਹਾਂ ਸੋ ਲੈਟਸ ਮੀਨੀ ਲੈਟਸ ਸੀ ਕੌਣ ਕਾਲ ਕਰ ਰਿਹਾ ਔਰ ਕੀ ਕਹਿ ਰਹੇ ਹਾਂ ਹੈਲੋ ਸਤਿ ਸ਼੍ਰੀ ਅਕਾਲ ਗਿਆਨ ਸਿੰਘ ਜੀ ਮੈਂ ਦੱਸਦਾ ਮਿਨੀ ਨੂੰ ਕਿ ਗਿਆਨ ਸਿੰਘ ਜੀ ਸਾਡੇ ਬਹੁਤ ਯੂ ਨੋ ਵੈਟਰਨ ਬੜੇ ਦੇਰ ਤੋਂ ਸਾਡੇ ਸ਼ੋਅ ਨਾਲ ਜੁੜੇ ਹੋਏ ਹੈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਇੱਕ ਤਰ੍ਹਾਂ ਨਾਲ ਬਜ਼ੁਰਗ ਸਾਡੇ ਬੜੇ ਐਕਸਪੀਰੀਅੰਸਡ ਹੈਗੇ ਹੈ ਪਰ ਵਿਆਹ ਕਰਾਉਂਦੇ ਨੇ ਅੱਛਾ ਜੀ ਹਾਂਜੀ ਓਕੇ ਬਟ ਜਿਹੜੀ ਗੱਲ ਮੈਂ ਕਹਿੰਦੀ ਤੁਸੀਂ ਆਪ ਕਹਿੰਦੇ ਗੱਲ ਸੁਣੋ ਮੈਂ ਨਾ ਸੁਝਾਅ ਦੇਣਾ ਸੀਗਾ ਚਲੋ ਬੜੀ ਮਹਾਰਾਜ ਦੀ ਕਿਰਪਾ ਹੈਗੀ ਇਹਨਾਂ ਦੇ ਬਿਜ਼ਨਸ ਤੇ ਬਹੁਤ ਚੱਲ ਗਿਆ ਥੋੜਾ ਨਾਲ ਪੁੰਨ ਦਾ ਕੰਮ ਕਰ ਦੇਣਾ ਫ੍ਰੀ ਜੋ ਹੋ ਜਾਂਦਾ ਉਹ ਨਾ ਇਹਨਾਂ ਨੂੰ ਹਰ ਪਾਸਿਓਂ ਤਰੱਕੀ ਹਰ ਪਾਸਿਓਂ ਨਾ ਹਰ ਪਾਸਿਓਂ ਇਹਨਾਂ ਦੀ ਬੱਲੇ ਬੱਲੇ ਹੋ ਜਾਣੀ ਆ ਹੈ ਅਸੀਂ ਆਪਣਾ ਭਾਵੇਂ ਆਪਣਾ ਕੰਮ ਜਿਹੜਾ ਅਸੀਂ ਕਰਦੇ ਸੀ ਪਰ ਅਸੀਂ ਸਾਈਡ ਬਿਜ਼ਨਸ ਰੱਖਿਆ ਬਿਜ਼ਨਸ ਨਹੀਂ ਕਹਿ ਸਕਦੇ ਸ਼ੌਕ ਰੱਖਿਆ ਸੀਗਾ ਹੈ ਲੈਣਾ ਦੇਣਾ ਨਹੀਂ ਕੁਛ ਸ਼ੌਕ ਸਿਰਫ ਇਹਨਾਂ ਨੂੰ ਇੱਕ ਡੈਰੀ ਜਾਂ ਬੁੱਕ ਕੋਈ ਕਾਪੀ ਲਾਉਣੀ ਪੈਣੀ ਆ ਜਿਹੜਾ ਇਹਨਾਂ ਕੋਲ ਕੋਈ ਵੀ ਹੈ ਕਿ ਨਹੀਂ ਆਉਂਦਾ ਹੈਗਾ ਇਹ ਵਿਆਹ ਸ਼ਾਦੀ ਦਾ ਸਮਾਨ ਖਰੀਦਣ ਲਈ ਉਹਨਾਂ ਦੇ ਮੁੰਡੇ ਕੁੜੀਆਂ ਹੋਰ ਵੀ ਹੁੰਦੇ ਆ ਅਸੀਂ ਤੇ ਜਿੰਦਗੀ ਭਰ ਬੜਾ ਕੁਛ ਉਹਦੇ ਚ ਮਹਾਰਾਜ ਨੇ ਕਿਰਪਾ ਕੀਤੀ ਸਾਡੇ ਤੇ ਅਸੀਂ ਚਲੋ ਕਰਨ ਵਾਲਾ ਤਾਂ ਪਰਮਾਤਮਾ ਹੁੰਦਾ ਇਹ ਇੱਕ ਡੈਰੀ ਭਾਵੇਂ ਲਾ ਲੈਣ ਉਹ ਤੇ ਕੋਈ ਜਿਹੜਾ ਆਉਂਦਾ ਸਮਾਨ ਲੈਣ ਉਹਨਾਂ ਦੇ ਮੁੰਡੇ ਕੁੜੀਆਂ ਹੋਰ ਵੀ ਹੁੰਦੇ ਆ ਉਹਨਾਂ ਦਾ ਵੈਟ ਡਾਟਾ ਲਿਖ ਲਿਆ ਕਰਨਾ ਤੇ ਜੇ ਕੋਈ ਹੋਰ ਦੂਸਰਾ ਆਵੇ ਉਹਨਾਂ ਨੂੰ ਵੀ ਕਹਿ ਦਿੰਦਾ ਤੁਸੀਂ ਜੇ ਕੋਈ ਹੈ ਤਾਂ ਸੂਟੇਬਲ ਆਪ ਵਿੱਚ ਮੈਚ ਕਰਕੇ ਦੇਖ ਲਓ ਕਿਉਂ ਲੱਭਣੇ ਔਖੇ ਮੁੰਡੇ ਕੁੜੀਆਂ ਹੁੰਦੇ ਵੈਸੇ ਐਵੇਂ ਬਾਅਦ ਚ ਸਾਰੇ ਕਹਿ ਦਿੰਦੇ ਆ ਸੰਯੋਗ ਸੀਗਾ ਜੀ ਬਿਲਕੁਲ ਸਹੀ ਗਿਆਨ ਸਿੰਘ ਜੀ ਤੁਸੀਂ ਕਹਿ ਰਹੇ ਹੋ ਉਹਦੇ ਵਿੱਚ ਜੇ ਹਾਂ ਇਹਦੇ ਚ ਮੈਂ ਥੋੜੀ ਜਿਹੀ ਇਹਨਾਂ ਨੂੰ ਹੋਰ ਵੀ ਹੈਲਪ ਕਰ ਦੂੰਗਾ ਜੇਕਰ ਇਹ ਕਹਾਂ ਵੀ ਮਨ ਮੰਨਦਾ ਹੋਵੇ ਇਹਨਾਂ ਦਾ ਉਹ ਫ੍ਰੀ ਚ ਆ ਉਹਦਾ ਲੈਣਾ ਦੇਣਾ ਕੁਛ ਨਹੀਂ ਅਸੀਂ ਸੇਵਾ ਕਰਨੀ ਅਸੀਂ ਉਹ ਸੇਵਾ ਦਾ ਫਲ ਇਹਨਾਂ ਨੂੰ ਬਹੁਤ ਜ਼ਿਆਦਾ ਮਿਲੂਗਾ ਚਲੋ ਆਹ ਪਰਮਾਤਮਾ ਨੇ ਰੋਜੀ ਦਿੱਤੀ ਆ ਅਸੀਂ ਰੋਜੀ ਵੀ ਕੀਤੀ ਆ ਬਾਕੀ ਇਹ ਵੀ ਕੀਤਾ ਤੇ ਇਹ ਜੇ ਕਰ ਲੈਣ ਤਾਂ ਬਹੁਤ ਹੀ ਵਧੀਆ ਰਹੂ ਇਹਨਾਂ ਲਈ ਅੱਜ ਕਰਕੇ ਆਮ ਬੜੀ ਪ੍ਰੋਬਲਮ ਹੈ ਲੋਕਾਂ ਨੂੰ ਨਹੀਂ ਨਹੀਂ ਬਿਲਕੁਲ ਥੈਂਕ ਯੂ ਸੋ ਮਚ ਗਿਆਨ ਸਿੰਘ ਜੀ ਬਿਲਕੁਲ ਤੁਸੀਂ ਸਹੀ ਕਹਿ ਰਹੇ ਹੋ ਮਿਨੀ ਜੀ ਬਹੁਤ ਸਾਡਾ ਇਹ ਯੂ ਨੋ ਜ਼ਰੂਰੀ ਹੈ ਹੋਰ ਵੀ ਦੇਖਦੇ ਹਾਂ ਬੜੇ ਬੰਦੇ ਕਾਲ ਕਰ ਰਹੇ ਨੇ ਹੈਲੋ ਹਾਂਜੀ ਦੀਦੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੱਸੀ ਜੀ ਦੇਖਿਆ ਸੋਹਣੀਆਂ ਸੋਹਣੀਆਂ ਚੀਜ਼ਾਂ ਤੁਸੀਂ ਬਹੁਤ ਵਧੀਆ ਲੱਗਿਆ ਮਾਈ ਗਾਡ ਮਿਨੀ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਤੇ ਪਤਾ ਕੀ ਗੱਲ ਹੈ ਮੈਂ ਵੀ ਇਹ ਕੰਮ ਸ਼ੁਰੂ ਕੀਤਾ ਜਵਾਨ ਹੋਏ ਆ ਵਿਆਹ ਵਾਲੇ ਜਿਸ ਤਰ੍ਹਾਂ ਮੇਰੀ ਹੈਬਿਟ ਆ ਜਿਸ ਤਰ੍ਹਾਂ ਕਿ ਹੈਲਪ ਕਰਨਾ ਮੈਂ ਇਹ ਸੋਚਿਆ ਕਿ ਪਹਿਲਾਂ ਬਿਜ਼ਨਸ ਚੋਂ ਕਰਦੇ ਸੀਗੇ ਤੇ ਹੁਣ ਮੈਂ ਨਿਸ਼ਕਾਮ ਸੇਵਾ ਵਾਲੇ ਬੱਚਿਆਂ ਦੀ ਨਾ ਹੈਲਪ ਕਰਦੀ ਆ ਜਿਹੜਾ ਮੇਰਾ ਇਹਦਾ ਪ੍ਰੋਫਿਟ ਹੁੰਦਾ ਆ ਤੇ ਮੈਂ ਨਾ ਇਹੀ ਕੰਮ ਸ਼ੁਰੂ ਕੀਤਾ ਜਿਸ ਤਰ੍ਹਾਂ ਆਰਟੀਫਿਸ਼ਲ ਜਿਊਲਰੀ ਦਾ ਤੇ ਜਿਸ ਤਰ੍ਹਾਂ ਜਾਗੋ ਦੇ ਨਾਲ ਜਿਸ ਤਰ੍ਹਾਂ ਪੂਰਾ ਸੈੱਟ ਆ ਜਾਗੋ ਦਾ ਬਹੁਤ ਵਧੀਆ ਜੱਸੀ ਜੀ ਸਾਰਾ ਕੁਛ ਹਾਂਜੀ ਬਹੁਤ ਸੋਹਣਾ ਤੇ ਮਿੰਨੀ ਜੀ ਹੁਣ ਇੰਨਾ ਤਾਂ ਮੈਨੂੰ ਪਤਾ ਲੱਗ ਗਿਆ ਕਿ ਅਸੀਂ ਤੁਹਾਡੇ ਕੋਲ ਬਹੁਤ ਵਧੀਆ ਜੇ ਤੁਹਾਨੂੰ ਅਸੀਂ ਰਾਈਟ ਵੇ ਕੋਈ ਮੈਰਿਜ ਆ ਜਾਵੇ ਤੇ ਸਿਰਫ ਇੱਕ ਕਾਲ ਕਰਨ ਦੀ ਲੋੜ ਆ ਤੁਹਾਨੂੰ ਬਿਲਕੁਲ ਬਿਲਕੁਲ ਹਾਂਜੀ ਥੈਂਕ ਯੂ ਸੋ ਮਚ ਤੇ ਇਹ ਮੈਂ ਵੀ ਕਹੂੰਗੀ ਕਿ ਵੀ ਤੁਸੀਂ ਇਹ ਵੀ ਜ਼ਰੂਰ ਕੰਮ ਕਰੋ ਪਲੀਜ਼ ਤੇ ਬਹੁਤ ਜਣਿਆਂ ਨੂੰ ਤੁਹਾਡੀ ਹੈਲਪ ਦੀ ਲੋੜ ਹੈ ਤੇ ਮਾਲਕ ਤੁਹਾਨੂੰ ਚੜ੍ਹਦੀ ਕਲਾ ਕਰੇ ਤੰਦਰੁਸਤੀ ਦੇਵੇ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰੋ ਥੈਂਕ ਯੂ ਸੋ ਮਚ ਫॉर ਯਰ ਬਲੇਸਿੰਗਸ ਥੈਂਕ ਯੂ ਜਸ ਪੰਜਾਬੀ ਨਾਲ ਜੁੜੇ ਉਹਨਾਂ ਦੇ ਘਾਟਾ ਕਿਸੇ ਚੀਜ਼ ਦਾ ਵੀ ਨਹੀਂ ਹੈਗਾ ਨਾਲੇ ਸਾਡੀ ਭੈਣ ਨਾਲ ਇਹਨਾਂ ਦਾ ਤਾਂ ਸ਼ੋਅ ਹੀ ਇਸ ਤਰ੍ਹਾਂ ਦਾ ਆ ਕਿ ਵੀ ਲਵ ਹਰ ਥੈਂਕ ਯੂ ਸੋ ਮਚ ਜੱਸੀ ਜੀ ਹੁਣ ਜੱਸੀ ਜੀ ਨੂੰ ਲੋਡ ਪੇਗੀ ਜਾਂ ਕੋਈ ਆਰਡਰ ਆਏਗਾ ਤੇ ਮਿੰਨੀ ਜੀ ਨੂੰ ਕੰਟੈਕਟ ਕਰੋ ਵਰਕ ਟੁਗੇਦਰ ਸ਼ੀ ਇਜ਼ ਇਨ ਡੈਲਸ ਅੱਛਾ ਜੀ ਸੋ ਯੂ ਕੈਨ ਆਲਵੇਜ਼ ਕਾਲ ਕਿ ਮਿੰਨੀ ਜੀ ਮੈਨੂੰ ਇੰਨੇ ਪੀਸਿਸ ਕੋਈ ਮੰਗ ਰਿਹਾ ਹੈ ਪੋਸੀਬਲ ਹੈ ਕਰੋ ਯੂ ਨੋ ਇਟਸ ਆਲਵੇਜ਼ ਗੁੱਡ ਟੂ ਬੀ ਟੁਗੇਦਰ ਕਿਉਂਕਿ ਉਹ ਬੰਦਾ ਐਮਪਾਇਰ ਨਾ ਕਦੀ ਇਕੱਲੇ ਨਹੀਂ ਬਣਾ ਸਕਦਾ ਹਾਂਜੀ ਇਕੱਠੇ ਜੋ ਜਿਹਦੇ ਹੁੰਦੀ ਹੈ ਐਕਚੁਅਲੀ ਮੈਨੂੰ ਆਉਂਦੇ ਨੇ ਕਾਲਸ ਮੈਨੂੰ ਦੂਰੋਂ ਵੀ ਆਉਂਦੀਆਂ ਨੇ ਮੈਨੂੰ ਇੰਡੀਆਨਾ ਵਗੈਰਾ ਤੋਂ ਕਾਫੀ ਕਾਲਸ ਆਉਂਦੀਆਂ ਨੇ ਮੈਂ ਭੇਜਦੀ ਵੀ ਰਹਿੰਦੀ ਹਾਂ ਉਹਨਾਂ ਚੀਜ਼ਾਂ ਵੀ ਕਿਉਂਕਿ ਸ਼ੀ ਕੈਨ ਬੀ ਯੋਰ ਇਨ ਅ ਵੇ ਲਾਈਜਨਿੰਗ ਯੂ ਨੋ ਹਾਂਜੀ ਕੋਈ ਡੈਲਸ ਵਾਲਾ ਨਹੀਂ ਤਾਂ ਤੁਹਾਨੂੰ ਕਿੱਥੇ ਪਹੁੰਚ ਸਕੇਗਾ ਅਗਰ ਉਹਨਾਂ ਨੂੰ ਪਹੁੰਚਦਾ ਹੈ ਹਾਂ ਸ਼ੀ ਕੈਨ ਯੂ ਨੋ ਰਾਈਟ ਇਟਸ ਆਲਵੇਜ਼ ਈਜ਼ੀਅਰ ਹਾਂਜੀ ਸੋ ਲਵਲੀ ਹੈ ਦੇਖੋ ਕਿੰਨੀ ਸੋਹਣੀ ਹੈ ਸ਼ਾਲਸ ਵੀ ਇੱਥੇ ਹਾਂਜੀ ਇਹ ਬਨਾਰਸੀ ਦੁਪੱਟਾ ਹੈ ਇਹ ਜਿਹੜਾ ਲੇਟੈਸਟ ਬਣਾਏ ਨੇ ਹਾਂਜੀ ਔਰ ਸੌਫਟ ਹੈ ਦੇਖੋ ਦਿਸ ਇਜ਼ ਬਿਊਟੀਫੁਲ ਔਰ ਪਿਓਰ ਦੀ ਚੀਜ਼ ਹੈ ਬਿਲਕੁਲ ਜੀ 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 ਕਿੰਨਾ ਬਿਊਟੀਫੁਲ ਹੈ ਹਾਂਜੀ ਸ਼ਾਲਸ ਵੀ ਹੈ ਦੇਖੋ ਨਵੀਆਂ ਨਵੀਆਂ ਸ਼ਾਲਸ ਵੀ ਅਸੀਂ ਸਟੋਲਸ ਅਸੀਂ ਖੁਦ ਬਣਵਾਉਣੇ ਆ
सो प्रीटी। और एम्ब्रॉयडरी भी देखो खुद करवाई दा। ओके हाँ जी। अच्छा दिस इज ऑन वेलवेट और हाँ जी ये वेलवेट दे होते हैं एम्ब्रॉयडरी है पूरी एंड सर्वर्स की दा काम होया होया सारा। सो मिनी जी स्टाइल करने वास्ते हाउ डू यू टेक दिस स्टाइल करने वास्ते तुसी जिस तरह यू कैन दिस इज लाइक अ स्टोल है तुसी जिस तरह तुसी यूज कर सकते हो देखो तुसी इस तरह यूज कर सकते हो इवन साइड पे पा सकते हो। अच्छा और यू कैन जस्ट अच्छा हाँ जी लाइक अ ओढ़नी ओढ़नी हाँ जी It's very stylish. It's very pretty. Very pretty. And its colors to see jinde kahoge mil jange. Even kai vari aande ne jis tarah mata di chokki hundi hai. Oh yeah. Right? Hune hun hon wali hai prish. Loki kai vari meko kitne pieces leke jande ne sab nu gift den waste. Dupatte jade ne bandi de dupatte ho gaye. Right. Mehndi te assi bada riwaaz ho gaya ki rakhne hai. Haan ji. Kuwar to utte te loki leke jande ne kadoli parde ne jadon kudi waste te taan dupatte leke jande ne. ਦੁਪੱਟੇ 'ਚ ਬਹੁਤ ਵੈਰਾਈਟੀ ਹੈ ਕਾਫੀ ਵੈਰਾਈਟੀ ਹੈ ਅੱਛਾ ਜੀ ਸੋ ਉਹ ਵੀ ਸੇਮ ਹੋਲਸੇਲ ਰੇਟ ਹੀ ਦਿੰਦੇ ਆ ਅਸੀਂ ਸੋ ਮੈਂ ਇਹ ਦੇਖ ਰਹੀ ਸੀ ਜਿਵੇਂ ਇਟ ਇਜ਼ ਲਾਈਕ ਕੋਈ ਸਰਵਿੰਗ ਟ੍ਰੇ ਹੈ ਸਰਵਿੰਗ ਟ੍ਰੇ ਹੈ ਹਾਂ ਜੀ ਈਵਨ ਦੀਵਾਲੀ ਤੇ ਦੇਖੋ ਦੀਵਾਲੀ ਤੇ ਕਈ ਵਾਰੀ ਲੋਕੀ ਮੇਰੇ ਕੋਲ ਆਉਂਦੇ ਨੇ ਔਰ ਇਹਦੇ ਤੇ ਅਸੀਂ ਡਰਾਈ ਫਰੂਟ ਪਾ ਕੇ ਅਸੀਂ ਪੈਕ ਕਰਕੇ ਵੀ ਅਸੀਂ ਪੈਕ ਵੀ ਕਰਦੇ ਆ ਚੀਜ਼ਾਂ ਪੈਕਿੰਗ ਦਾ ਵੀ ਸਾਡੇ ਕੋਲ ਸਾਰਾ ਅੱਛਾ ਕੰਮ ਅਗਰ ਜੋ ਵੀ ਅਸੀਂ ਸੂਟਸ ਵਗੈਰਾ ਵੀ ਪੈਕ ਕਰਨੇ ਹੋਣ ਉਹ ਵੀ ਹਾਂ ਜੀ ਉਹ ਵੀ ਮੇਰੇ ਕੋਲ ਉਹਦੇ ਸਾੜੀ ਦੇ ਬੈਗਸ ਵਗੈਰਾ ਵੀ ਹੈਗੇ ਨੇ ਅੱਛਾ ਜੀ Let's see ਹੋਰ ਕਾਲਸ ਲੈ ਲਈਏ ਹਾਂਜੀ ਇਹਨਾਂ I want to Hello ਹਾਂਜੀ ਸਤਿ ਸ਼੍ਰੀ ਅਕਾਲ Hello ਸਤਿ ਸ਼੍ਰੀ ਅਕਾਲ ਕੌਣ ਬੋਲ ਰਹੇ ਜੀ ਮੈਂ ਕੁਲਵੰਤ ਬੋਲ ਰਹੀ ਹਾਂ ਫੀਨਿਕਸ ਤੋਂ ਸਵਾਗਤ ਹੈ ਕੁਲਵੰਤ ਜੀ ਟਾਕ ਟੂ ਮਿਨੀ ਸ਼ੀ ਇਜ਼ ਅ ਗੈਸਟ ਟੂਡੇ ਹਾਂਜੀ ਮਿਨੀ ਹੁਣਾਂ ਨੂੰ ਵੀ ਮਿਨੀ ਹੁਣਾਂ ਨੂੰ ਵੀ ਸਤਿ ਸ਼੍ਰੀ ਅਕਾਲ ਮੇਰੇ ਵੱਲੋਂ ਹਾਂਜੀ ਪਲੀਜ਼ ਡੋਨਟ ਵੇਟ ਟੂ ਹੀਅਰ ਯੋਰ ਵੌਇਸ ਔਨ ਟੀਵੀ ਸਿੱਧਾ ਫੋਨ ਤੇ ਗੱਲ ਕਰਦੇ ਰਹੋ ਓਕੇ ਇਹ ਨਾ ਮੈਂ ਪੁੱਛਣਾ ਸੀਗਾ ਕਿ ਇਹ ਜਿੱਦਾਂ ਮੈਂ ਐਰੀਜ਼ੋਨਾ ਰਹਿੰਦੀ ਆ ਉੱਥੇ ਆ ਸਕਦੇ ਆ ਉੱਥੇ ਪਹੁੰਚਾ ਦੇ ਸਕਦੇ ਹੋ ਹਾਂਜੀ ਆ ਵੀ ਸਕਦੇ ਆ ਪਹੁੰਚਾ ਵੀ ਦੇਖਦੇ ਆ ਸਮਾਨ ਤੁਸੀਂ ਅਗਰ ਤੁਸੀਂ ਤੁਹਾਨੂੰ ਕੋਈ ਚੀਜ਼ ਮੇਰੀ ਵੈਬਸਾਈਟ ਵੀ ਹੈਗੀ ਹੈ ਮੇਰੇ ਵਟਸਐਪ ਤੇ ਮੈਂ ਤੁਹਾਨੂੰ ਨੰਬਰ ਵੀ ਭੇਜ ਦਿਆਂਗੀ ਪਿਕਚਰਸ ਵੀ ਭੇਜ ਦਿਆਂਗੀ ਤੁਹਾਨੂੰ ਕੁਝ ਚਾਹੀਦਾ ਹੈ ਤੇ ਅਗਰ ਤੁਸੀਂ ਕਹਿੰਦੇ ਹੋ ਆਉਣ ਵਾਸਤੇ ਮੈਂ ਆ ਵੀ ਸਕਦੀ ਆ ਓਕੇ ਤੇ ਤੁਸੀਂ ਉੱਥੇ ਨਿਊਯਾਰਕ ਤੋਂ ਆ ਹਨਾ ਹਾਂਜੀ ਲੌਂਗ ਆਇਲੈਂਡ ਨਿਊਯਾਰਕ ਤੋਂ ਓਕੇ ਤੇ ਮੈਂ ਤੁਹਾਡਾ ਨੰਬਰ ਨੋਟ ਕਰ ਲਿਆ ਮੈਨੂੰ ਸਕਰੀਨ ਤੇ ਨੰਬਰ ਆ ਰਿਹਾ ਹੈ ਯੂ ਕੈਨ ਨੋਟ ਇਟ ਡਾਊਨ ਟਾਕ ਟੂ ਹਰ ਐਂਡ ਅੱਜ ਕੱਲ ਸਾਰਾ ਜ਼ਮਾਨਾ ਹੀ ਪੂਰਾ ਡਿਜੀਟਲ ਵਰਲਡ ਹੈਗਾ ਵਟਸਐਪ ਦੇ ਉੱਤੇ ਯੂ نو ਪਿਕਚਰਸ ਜਾਂਦੀ ਹੈ ਯੂ ਕੈਨ ਟੇਕ ਦ ਪਲੇਸ ਐਂਡ ਆਰਡਰ ਐਂਡ ਯੂ نو ਉੱਥੋਂ ਦੀ ਤੁਸੀਂ ਅੱਗੇ ਫਾਰਵਰਡ ਆਪਣੀ ਗੱਲ ਕਰ ਸਕਦੇ ਹੋ ਔਰ ਬਕਾਇਦਾ ਅਗਰ ਤੁਸੀਂ ਕਹੋਗੇ ਕਿ ਬਾਕਸਸ ਮੈਨੂੰ ਇਤਨੇ ਬਾਕਸਸ ਚਾਹੀਦੇ ਨੇ ਤੁਹਾਨੂੰ ਸਾਈਜ਼ ਵੀ ਦੱਸਾਂਗੇ ਕਈ ਵਾਰੀ ਪਿਕਚਰਸ ਤੋਂ ਨਹੀਂ ਸਮਝ ਆਉਂਦੇ ਤੁਹਾਨੂੰ ਸਾਈਜ਼ ਪੂਰਾ ਦੱਸਾਂਗੇ ਕਿ ਇਤਨੇ ਸਾਈਜ਼ ਦਾ ਹੈਗਾ ਤੁਹਾਨੂੰ ਕਿੰਨੇ ਸਾਈਜ਼ ਦੀ ਚੀਜ਼ ਕਿਉਂਕਿ ਇਹਦੇ ਵਿੱਚ ਅਸੀਂ ਅਕੋਰਡਿੰਗ ਛੋਟਾ ਡੱਬਾ ਵੀ ਬਣਵਾ ਸਕਦੇ ਹਾਂ ਜੇ ਤੁਸੀਂ ਵੱਡਾ ਡੱਬਾ ਕਹਿੰਦੇ ਹੋ ਇਸ ਤੋਂ ਵੱਡਾ ਵੀ ਬਣ ਜਾਏਗਾ ਕਈ ਵਾਰੀ ਕੋਈ ਮੇਰੇ ਕੋਲ ਕਸਟਮਰਸ ਆਉਂਦੇ ਨੇ ਕਹਿੰਦੇ ਨੇ ਕਿ ਸਾਨੂੰ ਸ਼ੂ ਬਾਕਸ ਚਾਹੀਦਾ ਮੁੰਡੇ ਦੇ ਸ਼ੂਜ਼ ਪਾਣੇ ਨੇ ਤੇ ਉਹਦੇ ਵਾਸਤੇ ਸਾਡੇ ਕੋਲ ਵੱਡੇ ਡੱਬੇ ਵੀ ਹੈਗੇ ਨੇ ਛੋਟੇ ਵੀ ਹੈਗੇ ਪਰਫੈਕਟ ਲੈਟ ਮੀ ਟੇਕ ਅ ਸ਼ਾਰਟ ਬ੍ਰੇਕ ਕਮ ਬੈਕ ਐਂਡ ਤੁਸੀਂ ਸਾਰੇ ਕਿਤੇ ਨਾ ਜਾਇਓ ਵੈਲਕਮ ਬੈਕ ਸਾਰਿਆਂ ਦਾ ਸੋ ਮਿਨੀ ਜੀ ਨਾਲ ਗੱਲ ਹੋ ਰਹੀ ਹੈ ਮਿਨੀ ਜੀ ਆਈ ਐਮ ਰੀਅਲੀ ਐਕਸਾਈਟਿਡ ਦਿਸ ਕਲਰ ਇਜ਼ ਮੇਕਿੰਗ ਮੀ ਫੀਲ ਵੈਰੀ ਜੋਇਫੁਲ ਐਕਚੁਅਲੀ ਕੁਝ ਜੋਏ ਜਾ ਆ ਰਿਹਾ ਯੂ ਨੋ ਸੋ ਮੈਨੀ ਕਲਰਸ ਐਂਡ ਯੂ ਲੁੱਕ ਸੋ ਗੁੱਡ ਇਨ ਦਿਸ ਕਿਨਾ ਤੁਸੀਂ ਸੈਡ ਨਹੀਂ ਹੋਗੇ ਤੁਸੀਂ ਲਾਈਕ ਅਗਰ ਕੋਈ ਬੰਦਾ ਪਰੇਸ਼ਾਨ ਹੋਏਗਾ ਨਾ ਕਲਰ ਦੇਖੇ ਵੈਸੇ ਖੁਸ਼ ਹੋ ਜਾਏਗਾ ਸਹੀ ਕਹਿ ਰਹੇ ਹੋ ਬਿਲਕੁਲ ਸੋ ਮਿਨੀ ਜੀ ਵਿਸਾਖੀ ਆ ਰਹੀ ਹੈ ਉਹਦੇ ਵਾਸਤੇ ਕੁਝ ਲਾਈਕ ਡਿਫਰੈਂਟ ਡਿਫਰੈਂਟ ਤਿਉਹਾਰ ਜਦੋਂ ਆਉਂਦੇ ਆ ਹਾਂਜੀ ਸਾਡੇ ਕੋਲ ਸਾਰੇ ਤਿਉਹਾਰਾਂ ਦੇ ਸਾਰੀਆਂ ਚੀਜ਼ਾਂ ਹੁੰਦੀਆਂ ਨੇ ਜਿਸ ਤਰ੍ਹਾਂ ਤੁਸੀਂ ਵਿਸਾਖੀ ਆ ਰਹੀ ਹੈ ਹੋਲੀ ਆ ਰਹੀ ਪਹਿਲੇ ਤੇ ਹੋਲੀ ਆ ਰਹੀ ਹੈ ਹੋਲੀ 'ਚ ਸਾਡੇ ਕੋਲ ਬਾਨੀ ਦੇ ਦੁਪੱਟੇ ਬਹੁਤ ਆਉਂਦੇ ਨੇ ਔਰ ਕੋਈ ਜਿਸ ਤਰ੍ਹਾਂ ਕੋਈ ਕਹੇਗਾ ਕਿ ਸਾਨੂੰ ਹੁਣ ਥਾਲੀ ਵਿੱਚ ਸਾਨੂੰ ਕਲਰ ਪਾਉਣਾ ਉਹ ਵੀ ਤੁਹਾਨੂੰ ਦੇ ਦੇਵਾਂਗੇ ਉਹ ਵੀ ਸਾਡੇ ਕੋਲ ਹੈਗੇ ਨੇ ਦੀਵਾਲੀ ਤੇ ਸਾਡੇ ਕੋਲ ਕਿੰਨੀਆਂ ਚੀਜ਼ਾਂ ਹੁੰਦੀਆਂ ਨੇ ਦੀਵਾਲੀ ਤੇ ਬੇਸ਼ੁਮਾਰ ਚੀਜ਼ਾਂ ਉਹ ਡਰਾਈ ਫਰੂਟ ਟ੍ਰੇ ਹੈਗੀ ਹੈ ਦੇਖੋ ਅਸੀਂ ਟ੍ਰੇਸ ਵੀ ਬਣਾ ਕੇ ਦੇਨੇ ਆ ਅੱਛਾ ਚਾਕਲੇਟਸ ਵੀ ਹੈ ਇਹ ਚਾਕਲੇਟਸ ਹੈ ਦੇਖੋ ਇਹਦੇ ਵਿੱਚ ਔਰ ਇਹ ਹੋਮਮੇਡ ਚਾਕਲੇਟ ਹੈ ਇਹ ਵੀ ਅਸੀਂ ਇੰਡੀਆ ਤੋਂ ਮੰਗਵਾਈ ਹੈ ਓਕੇ ਹਾਂਜੀ ਔਰ ਇਹਦਾ ਟੇਸਟ ਬਹੁਤ ਹੀ ਲਾਈਕ ਡਿਫਰੈਂਟ ਹੈ ਔਰ ਵੈਰੀ ਲਾਈਟ ਸ਼ੂਗਰ ਦਿਸ ਇਜ਼ ਸੋ ਪ੍ਰੀਟੀ ਹਾਂਜੀ ਇਹ ਅਸੀਂ ਪੈਕਿੰਗ ਵੀ ਕਰਦੇ ਆ ਟ੍ਰੇਸ ਦੀਵਾਲੀ ਤੇ ਜਾਂ ਇਵਨ ਸਰਦੀਆਂ ਆ ਰਹੀਆਂ ਨੇ ਗੱਚਕ ਰੇਵੜੀ ਵਗੈਰਾ ਚਾਹੀਦੀ ਹੈ ਉਹ ਵੀ ਅਸੀਂ ਪਲੈਟਰ ਬਣਾ ਕੇ ਦਿੰਦੇ ਹਾਂ ਤੁਹਾਨੂੰ ਚਾਹੀਦਾ ਹੈਗਾ ਕਿ ਅਸੀਂ ਗਿਫਟ ਲੈ ਕੇ ਜਾਣੇ ਨੇ ਦੇਣੇ ਨੇ ਉਹ ਵੀ ਦੇ ਸਕਦੇ ਹਾਂ ਅਸੀਂ ਯਾਰ ਲੈਟਸ ਟੇਕ ਮੋਰ ਕਾਲਸ ਬਟ ਆਈ ਰੀਲੀ ਲਾਈਕ ਦਿਸ ਵਰਕ ਕਿੰਨਾ ਸੋਹਣਾ ਹਾਂਜੀ ਇਹ ਗੋਟਾ ਪੱਟੀ ਦਾ ਕੰਮ ਹੋਇਆ ਹੋਇਆ ਹੈ ਸਾਰਾ ਉੱਪਰ ਸਟੋਨ ਦੇਖੋ ਕਿੰਨਾ ਸੋਹਣਾ ਲੱਗਿਆ ਹੋਇਆ ਹੈ ਔਰ ਅਗਰ ਤੁਸੀਂ ਕਹਿੰਦੇ ਹੋ ਕਿ ਨਹੀਂ ਮੈਨੂੰ ਇਹ ਕਲਰ ਚੇਂਜ ਕਰਨਾ ਹੈ ਉਹ ਕਲਰ ਵੀ ਅਸੀਂ ਚੇਂਜ ਕਰ ਦਿੰਦੇ ਹਾਂ ਇਹਦੇ ਮਨੀ ਐਨਵਲਪ ਐਂਡ ਈਵਨ ਤੁਸੀਂ ਕਿਸੇ ਨੂੰ ਗਿਫਟ ਵੀ ਦੇ ਸਕਦੇ ਹੋ ਆਈ ਨੋ
And look at this, this looks like a purse. Haan ji, bahut sona lagda hai. You know, it's beautiful. So let's see four calls we lay lane naal naal. Hello. ਹਾਂ ਜੀ ਮੈਂ ਜਸਪਾਲ ਸਿੰਘ ਬੋਲ ਰਿਹਾ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਸਪਾਲ ਜੀ ਦੱਸੋ ਕੀ ਕਹਿੰਦੇ ਹੋ ਪ੍ਰਵੀਨ ਜੀ ਮੈਂ ਵਧਾਈ ਦੇਣ ਵਾਸਤੇ ਕਾਲ ਕੀਤੀ ਹੈ ਸਭ ਤੋਂ ਪਹਿਲਾਂ ਆਪ ਜੀ ਨੂੰ ਵਧਾਈ ਕਿ ਇੰਨਾ ਸੋਹਣਾ ਤੁਸੀਂ ਪ੍ਰੋਗਰਾਮ ਦੇ ਰਹੇ ਹੋ ਲਾਈਵ ਥੈਂਕ ਯੂ ਜੀ ਥੈਂਕ ਯੂ ਸੋ ਮਚ ਔਰ ਆਪਣੇ ਵਿਰਸੇ ਨੂੰ ਸੰਭਾਲਣ ਵਾਸਤੇ ਜਿੰਨੀ ਤੁਹਾਡੀ ਮਿਹਨਤ ਹੈ ਉਹਦੇ ਵਿੱਚ ਜੋ ਕੁਛ ਦਾ ਕੋਆਪਰੇਸ਼ਨ ਆਪਣਾ ਮਿੰਨੀ ਭੈਣ ਜੀ ਦਾ ਹੈਗਾ ਥੈਂਕ ਯੂ ਜੀ ਥੈਂਕ ਯੂ ਲਫ਼ਜ਼ਾਂ ਦੇ ਵਿੱਚ ਨਹੀਂ ਪੁਰਾਇਆ ਜਾ ਸਕਦਾ ਥੈਂਕ ਯੂ ਮਿੰਨੀ ਔਰ ਆਪਣੇ ਵਿਰਸੇ ਦੇ ਰਿਸ਼ਤੇ ਨਾਲ ਜੋੜਨ ਵਾਸਤੇ ਜੋ ਕੁਛ ਮਿਹਨਤ ਕਰ ਰਹੇ ਨੇ ਔਰ ਇੰਨੀ ਕਲੈਕਸ਼ਨ ਦਿਮਾਗ 'ਚ ਰੱਖਣੀ ਅਨਬਿਲੀਵੇਬਲ ਸੋ ਤੁਸੀਂ ਉਹਨੂੰ ਬੜਾ ਇਹਦੇ ਪਾਤਰ ਵਧਾਈ ਦੇਣ ਵਾਸਤੇ ਕਾਲ ਕੀਤੀ ਸੀ ਥੈਂਕ ਯੂ ਸੋ ਮਚ ਥੈਂਕ ਯੂ ਔਰ ਇਵਨ ਸਾਡੇ ਜਿਹੜੇ ਯੰਗਸਟਰਸ ਨੇ ਉਹ ਦੇਖ ਕੇ ਚੀਜ਼ਾਂ ਬੜੇ ਖੁਸ਼ ਹੁੰਦੇ ਨੇ ਉਹਨਾਂ ਨੂੰ ਹੁੰਦਾ ਕਿ ਨਹੀਂ ਮੇਰੇ ਵਿਆਹ ਤੇ ਮੈਂ ਤੇ ਇਹ ਲਵਾਂਗੀ ਮੈਂ ਤੇ ਇਹਨੂੰ ਲੈ ਬੱਚਿਆਂ ਨੂੰ ਹੁੰਦਾ ਹੈ ਕਿ ਬੱਚਿਆਂ ਨੂੰ ਜੋੜਨ ਵਾਸਤੇ ਵੀ ਇਹ ਚੀਜ਼ ਅੱਛੀ ਹੈ ਕਿ ਬੱਚਿਆਂ ਨੂੰ ਆਪਣਾ ਕਲਚਰ ਪਤਾ ਹੋਣਾ ਚਾਹੀਦਾ ਔਰ ਇਹਦੇ ਨਾਲ ਜੁੜਦੇ ਨੇ ਬੱਚੇ ਅਸੀਂ ਹੁਣ ਬੜੀਆਂ ਕੋਈ ਸ਼ੱਕ ਨਹੀਂ ਔਰ ਤੁਹਾਨੂੰ ਮਦਨ ਮਹਾਰਾਜ ਕਿਰਪਾ ਕਰਨ ਹੋਰ ਵੀ ਤਰੱਕੀ ਦੇਣ ਦਾ ਜਿੰਦਾ ਜਿਸ ਤੁਸੀਂ ਇੰਟਰਸਟ ਨਾਲ ਕੰਮ ਸ਼ੁਰੂ ਕੀਤਾ ਤੇ ਬੁਲੰਦੀਆਂ ਤੇ ਪਹੁੰਚੇ ਮੇਰੀ ਅਟਲੀ ਅਰਦਾਸ ਹੈ ਥੈਂਕ ਯੂ ਜੀ ਥੈਂਕ ਯੂ ਸੋ ਮਚ ਥੈਂਕ ਯੂ ਜੀ ਸੋ ਬਹੁਤ ਵਧੀਆ ਔਰ ਹੀ ਇਜ਼ ਰਾਈਟ ਯੂ نو ਇਹ ਸਾਰੀਆਂ ਚੀਜ਼ਾਂ ਦੇਖ ਕੇ ਬੱਚਿਆਂ ਦਾ ਟ੍ਰੈਡੀਸ਼ਨਲ ਵਿਆਹ ਕਰਨ ਤੇ ਦਿਲ ਕਰਦਾ ਹਾਂਜੀ ਨਹੀਂ ਤਾਂ ਕਹਿੰਦੇ ਕੀ ਕਰ ਰਹੇ ਹੋ ਤੁਸੀਂ ਯੂ نو ਯੂ ਡੂਇੰਗ ਆਲ ਦਿਸ ਡਰਾਮਾ ਮਮ ਐਂਡ ਡੈਡ ਹਾਂਜੀ ਇਸ ਮਾਂ ਦੇ ਬੱਚੇ ਦੇਖ ਕੇ ਬੜੇ ਖੁਸ਼ ਹੁੰਦੇ ਨੇ ਇਵਨ ਮੇਰੇ ਕਸਟਮਰ ਮੇਰੇ ਆਂਦੇ ਨੇ ਸਟੋਰ ਤੇ ਬੱਚੇ ਛੋਟੇ ਬੱਚੇ ਵੀ ਔਰ ਸੋ ਕਲਰਫੁਲ ਇਤਨਾ ਮਤਲਬ ਖੁਸ਼ ਹੁੰਦੇ ਨੇ ਬੱਚੇ ਜਿਸ ਤੇ ਚੀਜ਼ ਨਹੀਂ ਵੀ ਕੋਈ ਲੈਣੀ ਉਹ ਤਾਂ ਵੀ ਲੈ ਕੇ ਜਾਂਦੇ ਨੇ ਇਤਨਾ ਮੋਟੀਵੇਟ ਹੁੰਦੇ ਨੇ ਲੁੱਕ ਐਟ ਦਿਸ ਇਸ ਬਿਊਟੀਫੁਲ ਐਕਚੁਅਲੀ ਇਹ ਦੇਖੋ ਮੈਨੂੰ ਧਿਆਨ ਆ ਰਿਹਾ ਕਿ ਤੁਸੀਂ ਜਿਵੇਂ ਬਿੰਨੇ ਕ੍ਰੀਏਟਿਵ ਹੋ ਕਿ ਇਹ ਨਾਟ ਓਨਲੀ ਕਿ ਇਟਸ ਅ ਟ੍ਰੇ ਟੂ ਪੁੱਟ ਸਮਥਿੰਗ ਇਟ ਕੈਨ ਬੀ ਅ ਬਿਊਟੀਫੁਲ ਫਰੇਮ ਹਾਂਜੀ ਫਰੇਮ ਤੁਸੀਂ ਇਹਦੇ ਤੇ ਕੁਝ ਵੀ ਪਾ ਵੀ ਸਕਦੇ ਹੋ ਜਿਸ ਤਰ੍ਹਾਂ ਟ੍ਰੇ ਵੀ ਰੱਖ ਵੀ ਸਕਦੇ ਹੋ ਟੇਬਲ ਸੈਂਟਰ ਟੇਬਲ ਤੇ ਰੱਖ ਸਕਦੇ ਹੋ ਡਰਾਈ ਫਰੂਟ ਚਾਕਲੇਟਸ ਇਵਨ ਦੀਵਾਲੀ ਤੇ ਅਸੀਂ ਵਿੱਚ ਕੈਂਡਲ ਰੱਖ ਕੇ ਹੋਰ ਚੀਜ਼ਾਂ ਨੂੰ ਡੈਕੋਰੇਟ ਕਰਕੇ ਲੋਕੀ ਕਿਤਨੇ ਆਉਂਦੇ ਨੇ ਮੈਨੂੰ ਕਾਲ ਕਰਦੇ ਨੇ ਸਾਨੂੰ 15 ਚੀਜ਼ਾਂ ਚਾਹੀਦੀਆਂ ਨੇ ਸਾਨੂੰ 20 ਗਿਫਟ ਟ੍ਰੇਸ ਚਾਹੀਦੀਆਂ ਨੇ ਦੀਵਾਲੀ ਤੇ ਉਹ ਵੀ ਅਸੀਂ ਬਣਾ ਕੇ ਦੇਣੇ ਅੱਜ ਕੱਲ ਤੇ ਕਿੱਟੀ ਦਾ ਜ਼ਮਾਨਾ ਹੈ ਮਿਨੀ ਜੀ ਬਟ ਵੀਲ ਟਾਕ ਮੋਰ ਅਬਾਊਟ ਕਿੱਟੀਜ਼ ਐਂਡ ਅਦਰ ਇਵੈਂਟਸ ਜਿਹਦੇ ਵਾਸਤੇ ਵੀ ਤੁਸੀਂ ਕੇਟਰ ਕਰਦੇ ਹੋ ਆਫਟਰ ਅ ਸਮਾਲ ਬ੍ਰੇਕ ਚਲੋ ਵਾਪਸ ਵੈਲਕਮ ਸਾਰਿਆਂ ਦਾ ਔਰ ਮਿਨੀ ਜੀ ਤੁਹਾਡਾ ਜਿਹੜਾ ਬੁਟੀਕ ਹੈਗੀ ਹੈ ਬਿਲਕੁਲ ਕਿਹੜਾ ਲੌਂਗ ਆਈਲੈਂਡ ਹਿਕਸਵਿਲ ਓ ਹਿਕਸਵਿਲ ਗੁਰਦੁਆਰੇ ਦੇ ਬਿਲਕੁਲ ਨਾਲ ਹੈ ਹਾਂਜੀ ਸੋ ਗੁਰਦੁਆਰੇ ਚਾਰਨ ਵਾਸਤੇ ਵੀ ਸੂਟ ਹੈਗੇ ਕਿ ਸਾਰੇ ਵਿਆਹ ਵਾਲੇ ਹਾਂਜੀ ਹਰ ਰੇਂਜ ਚ ਰੱਖਦੇ ਆ ਅਸੀਂ ਗੁਰਦੁਆਰੇ ਵਾਸਤੇ ਤੁਸੀਂ ਕਿਸੇ ਘਰ ਪਾਠ ਤੇ ਜਾਣਾ ਹੈ ਵਿਆਹ ਤੇ ਜਾਣਾ ਹੈ ਕਿੱਟੀ ਤੇ ਜਾ ਰਹੇ ਹੋ ਕੁੜਤੀ ਮੰਗਣੀ ਚਾਹੀਦੀ ਹੈ ਤੁਹਾਨੂੰ ਉਹ ਵੀ ਹੈਗੀਆਂ ਨੇ ਸ਼ੋਲ ਮਤਲਬ ਸਾਰਾ ਕੁਝ ਹੈਗਾ ਸਾਡੇ ਉਹ ਕਿੱਟੀ ਤੋਂ ਯਾਦ ਆਇਆ ਬੜੀ ਮੈਨੂੰ ਪਿੱਛੇ ਵੀ ਕਿ ਜੀ ਕਿੱਟੀ ਹੈਗੀ ਹੈ ਤੇ ਕਿੱਟੀ ਦੇ ਨਾਲ ਤੁਸੀਂ ਮਤਲਬ ਥੀਮ ਰੱਖਿਆ ਹੋਇਆ ਵੈਲੈਂਟਾਈਨ ਹੈ ਜਾਂ ਯੂ نو ਕੁਝ ਵੀ ਸੋ ਉਸ ਤਰ੍ਹਾਂ ਦੇ ਕਲਰਸ ਦੇ ਵਿੱਚ ਤੁਸੀਂ ਯੂ نو ਯੂ ਡੂ ਦੈਟ ਟੂ ਹਾਂਜੀ ਉਹ ਵੀ ਬਣਾਉਂਦੇ ਆ ਔਰ ਜਿਸ ਤਰ੍ਹਾਂ ਕੋਈ ਮੰਗਦਾ ਹੈ ਕਿ ਸਾਨੂੰ ਰੈੱਡ ਚਾਹੀਦਾ ਹੈ ਜਾਂ ਪਿੰਕ ਕਲਰ ਚਾਹੀਦਾ ਹੈ ਪਿੰਕ ਕਲਰ ਦਾ ਕੋਈ ਕਹਿੰਦੇ ਕਿ ਨਹੀਂ ਮੈਨੂੰ ਇੰਨੇ ਪੈਸੇ ਨਹੀਂ ਖਰਚਣੇ ਮੈਨੂੰ ਹਲਕੀ ਜਿਹੀ ਕੋਈ ਚੀਜ਼ ਤੇ ਉਹਦੇ ਵਿੱਚ ਸਕਾਰਫ ਵੀ ਹੈਗੇ ਨੇ ਉਸ ਤਰ੍ਹਾਂ ਵੀ ਤੁਹਾਨੂੰ ਦੱਸ ਦਿੰਦੇ ਹਾਂ ਕਿ ਅੱਛਾ ਤੁਸੀਂ ਜ਼ਿਆਦਾ ਸਪੈਂਡ ਨਹੀਂ ਕਰਨਾ ਚਾਹੁੰਦੇ ਹੋ ਕਿ ਤੁਸੀਂ ਇਹ ਦੁਪੱਟਾ ਯੂਜ਼ ਕਰ ਲਓ ਇਹ ਯੂਜ਼ ਕਰ ਲਓ ਇਹ ਯੂਜ਼ ਕਰ ਲਓ ਅਸੀਂ ਉਹ ਵੀ ਦੱਸਦੇ ਹਾਂ ਹਾਂਜੀ ਵੈਰੀ ਨਾਈਸ ਸੋ ਲਾਈਕ ਇਹ ਵਾਲੀਆਂ ਜਿਹੜੀਆਂ ਜਿਸ ਤਰ੍ਹਾਂ ਅਸੀਂ ਪਹਿਲੇ ਦੇਖੀਆਂ ਕਿ ਇਹ ਹਰ ਕਲਰ ਸਾਈਜ਼ ਦੀਆਂ ਤੁਹਾਡੇ ਕੋਲ ਹੈਗੀਆਂ ਹਾਂਜੀ ਇਹ ਹਰ ਸਾਈਜ਼ ਦੀ ਹੈਗੀ ਹੈ ਐਂਡ ਹਰ ਕਲਰਸ ਵਿੱਚ ਵੀ ਅਗਰ ਤੁਸੀਂ ਕਹਿੰਦੇ ਹੋ ਕਿ ਨਹੀਂ ਮੇਰੇ ਕੋਲ ਮੈਨੂੰ ਰੈੱਡ ਕਲਰ ਚਾਹੀਦਾ ਮੈਨੂੰ ਰੈੱਡ ਮੇ ਥੀਮ ਬਣਾਉਣੀ ਹੈ ਮੈਂ ਜਿੰਨਾ ਵੀ ਵਿਆਹ ਦੀਆਂ ਚੀਜ਼ਾਂ ਲੈ ਕੇ ਜਾ ਰਹੀ ਹਾਂ ਮੈਨੂੰ ਰੈੱਡ ਔਰ ਗੋਲਡ ਵੀ ਚਾਹੀਦੇ ਤੇ ਅਸੀਂ ਉਹ ਵੀ ਬਣਵਾ ਦਿੰਦੇ ਹਾਂ ਵੈਰੀ ਨਾਈਸ ਸਾਡੇ ਕੋਲ ਹੈ ਵੀ ਹੈ ਅਸੀਂ ਜੇ ਤੁਸੀਂ ਤੁਹਾਡੇ ਕੋਈ ਰਿਕੁਆਇਰਮੈਂਟ ਹੈ ਤੁਸੀਂ ਕਹਿੰਦੇ ਹੋ ਨਹੀਂ ਮੈਨੂੰ ਵੱਡਾ ਸਾਈਜ਼ ਹੋਰ ਵੱਡਾ ਸਾਈਜ਼ ਚਾਹੀਦਾ ਉਹ ਵੀ ਬਣਵਾ ਦਿੰਦੇ ਹਾਂ ਸੋ ਇਹਨੂੰ ਅਗਰ ਮੈਂ ਜਿਵੇਂ ਛੋਟੀ ਹੈ ਕੁਝ ਹੋਰ ਚਾਕਲੇਟਸ ਪੈਕ ਕਰਨੀ ਹੈ ਜਾਂ ਫਰੂਟ ਪੈਕ ਕਰਨਾ ਵੱਡੇ ਪੈਕ ਵੀ ਕਰ ਦੋਗੇ ਹਾਂਜੀ ਅਸੀਂ ਪੈਕ ਵੀ ਕਰਨੇ ਆ ਇਵਨ ਅਸੀਂ ਫਰੂਟ ਬਾਸਕਟਸ ਵੀ ਬਣਾਉਣੇ ਆ ਕਿ ਤੁਸੀਂ ਦੱਸ ਦਿਓ ਕਿ ਤੁਹਾਡਾ ਰੇਂਜ ਕਿੰਨਾ ਹੈ ਤੁਸੀਂ ਤੁਹਾਡਾ ਬਜਟ ਕਿੰਨਾ ਹੈ ਤੁਸੀਂ ਕਹਿੰਦੇ ਹੋ ਨਹੀਂ ਮੈਨੂੰ ਇਤਨੇ ਬਜਟ ਵਿੱਚ ਚਾਹੀਦਾ ਹੈ ਤੇ ਅਸੀਂ ਫਰੂਟ ਬਾਸਕਟਸ ਵੀ ਬਣਾ ਦਿੰਦੇ ਹਾਂ ਅਸੀਂ ਆਪਣਾ ਬਜਟ ਦਿੰਦੇ ਹਾਂ ਅਸੀਂ ਸੌਰੀ ਪ੍ਰਾਈਸ ਦਿੰਦੇ ਹਾਂ ਕਿ ਇਹ ਵਾਲਾ ਪ੍ਰਾਈਸ ਹੈਗਾ ਸਾਡਾ ਪਰ ਤੁਸੀਂ ਦੱਸੋ ਤੁਹਾਡਾ ਕੀ ਬਜਟ ਹੈ ਤੁਸੀਂ ਕਹਿੰਦੇ ਨਹੀਂ ਮੈਨੂੰ 100 ਤੋਂ ਉੱਪਰ ਨਹੀਂ ਜਾਣਾ ਮੈਨੂੰ 100 ਦੇ ਥੱਲੇ ਰਹਿਣਾ ਤਾਂ ਉਸ ਹਿਸਾਬ ਨਾਲ ਅਸੀਂ ਤੁਹਾਨੂੰ ਦੱਸ ਦਿੰਦੇ ਕਿ ਅਸੀਂ ਇਹ ਵਾਲਾ ਫਰੂਟ ਮੌਸਮ ਦੇ ਹਿਸਾਬ ਨਾਲ ਵਧੀਆ ਫਰੂਟ ਪਾ ਕੇ ਦੇਵਾਂਗੇ ਔਰ ਪੈਕਿੰਗ ਅੱਛੀ ਕਰਕੇ ਦਿੰਦੇ ਹਾਂ ਪਰਫੈਕਟ ਹਾਂਜੀ ਸੋ ਗਰਬਾ ਜਾਂ ਫਿਰ ਯੂ نو ਕੜੋਲੀ ਇਹ ਸਾਰੀਆਂ ਚੀਜ਼ਾਂ ਤੁਹਾਡੇ ਕੋਲ ਹੈਗੀਆਂ ਸਾਰੀ ਗਰਬਾ ਦਾ ਸਮਾਨ ਸਾਰਾ ਜਿਸ ਤਰ੍ਹਾਂ ਕੜੋਲੀ ਵਾਸਤੇ ਕੜੋਲੀ ਵੀ ਹੈ ਹਾਂਜੀ ਕੜੋਲੀ ਵੀ ਹੈ ਜਾਗੋ ਦਾ ਸਮਾਨ ਹੈ ਅਸੀਂ ਰੈਂਟ ਤੇ ਵੀ ਦਿੰਨੇ ਆ ਮਤਲਬ ਜੋ ਤੁਹਾਨੂੰ ਚਾਹੀਦਾ ਹੈ ਸਾਡੇ ਕੋਲ ਸਾਰਾ ਕੁਝ ਹੈਗਾ ਵੈਰੀ ਨਾਈਸ ਲੈਟਸ ਸੀ ਹੋਰ ਕੀ ਕਹਿ ਰਹੇ ਨੇ ਇਹਨਾਂ ਨੂੰ ਵੀ ਪੁੱਛ ਲੈਂਦੇ ਆ ਸੋ ਹੈਲੋ
ਹੈਲੋ ਅਰਵਿੰਦ, ਹੈਲੋ ਮੰਨੀ, ਪਛਾਣ ਲਿਆ ਕਿਸੇ ਨੇ ਤੁਹਾਨੂੰ? ਸਾਫਾ ਵਾਸ ਜਸਟ ਰਾਈਟਿੰਗ ਅ ਨੋਟ ਟੂ ਅਰਵਿੰਦ ਬਿਕਾਜ਼ ਆਈ ਵਾਸ ਨਾਟ ਸ਼ੋਰ ਕੈਨ ਆਈ ਗੈਟ ਅ ਕਾਲ ਔਰ ਨਾਟ। ਓਕੇ, ਸੋ ਪਰ ਬਹੁਤ ਸੋਹਣਾ ਸਟਾਫ ਹੈ ਮੰਨੀ ਜੀ, ਬਹੁਤ ਹੀ ਖੂਬਸੂਰਤ ਸਟਾਫ ਹੈ, ਲੋਕਾਂ ਦੀ ਲਾਈਫ ਬੜੀ ਈਜ਼ੀ ਹੋ ਗਈ ਹੈ। ਥੈਂਕ ਯੂ ਜੀ, ਐਂਡ ਮੈਂ ਤੁਹਾਡਾ ਟਾਈਮ ਨੰਬਰ ਨੋਟ ਕਰ ਲਿਆ। ਗੁੱਡ ਲੱਕ ਟੂ ਯੂ ਟੂ ਯੋਰ ਬਿਜ਼ਨਸ, ਐਂਡ ਆਈ ਹੈਵ ਵਨ ਸੁਜੈਸ਼ਨ। ਹਾਂਜੀ, ਕਰਵਾ ਚੌਥ ਦੀਆਂ ਛੋਟੀਆਂ ਥਾਲੀਆਂ, ਹਾਂਜੀ ਉਹ ਵੀ ਹੈਗੀਆਂ ਨੇ ਉਹ ਸਾਡੇ ਕੋਲ। ਸ਼ੀ ਹੈਸ ਦਮ, ਕਰਵਾ ਚੌਥ ਦੀ ਥਾਲੀ, ਗਲਾਸ ਤੇ ਉਹਦੇ ਜਿਹੜੀ ਗੜਵੀ ਆਉਂਦੀ ਹੈ ਵਿਦ ਕਵਰ, ਉਹ ਵੀ ਸਾਡੇ ਕੋਲ ਬਹੁਤ ਅੱਛੀ, ਮਤਲਬ ਅੱਛੀ ਉਹਦੇ ਵਿੱਚ ਹੈਗੀ ਹੈ, ਜਿਹੜੀ ਤੁਹਾਨੂੰ ਕਿਧਰੇ ਇਵਨ ਇੰਡੀਆ 'ਚ ਵੀ ਤੁਸੀਂ ਬੈਠੇ ਮਾਰਕੀਟ 'ਚ ਤੁਹਾਨੂੰ ਉਹ ਚੀਜ਼ ਨਹੀਂ ਮਿਲਣੀ ਜਿਹੜੀ ਮੇਰੇ ਕੋਲ ਹੋਏਗੀ। ਨੋਟ ਕਰ ਲਿਆ। ਹਾਂਜੀ, ਕਰਵਾ ਚੌਥ ਵਾਲੇ ਦਿਨ ਬੜਿਆਂ ਲੋਕਾਂ ਦੇ ਪੁੱਛਦੇ ਆ ਤੁਸੀਂ ਸਾਡੇ ਕੋਲ ਸੀਗੀ ਇੰਡੀਆ ਦੀ, ਕਿੱਥੇ ਘੁੰਗਰੀਆਂ ਲੱਗੀਆਂ, ਕਿੱਥੋਂ ਲਈ ਕਿੱਥੋਂ ਲਈ, ਸੋ ਲੋਕਾਂ ਦੀ ਲਾਈਫ ਇਜ਼ੀ ਹੋ ਜਾਂਦੀ ਹੈ, ਫਟਾਫਟ ਮੰਗਾ ਲਈਆਂ। ਹਾਂਜੀ ਹਾਂਜੀ, ਸੋ ਯੂ ਕੈਨ ਮੇਲ ਦੈਮ ਟੂ। ਹਾਂਜੀ, ਤੁਸੀਂ ਤਾਂ ਤੁਹਾਨੂੰ ਚਾਹੀਦੇ ਤਾਂ ਮੈਂ ਮੇਲ ਵੀ ਕਰ ਦਿਆਂਗੇ। ਜ਼ਰੂਰ, ਮੈਂ ਕਰਵਾ ਚੌਥ ਦੇ ਟਾਈਮ ਦੇ ਕੋਲ ਪਹਿਲੇ ਪਹਿਲੇ ਮੈਂ ਦੱਸਾਂਗੀ ਜਿਹਨੂੰ ਚਾਹੀਦੀ ਹੋਏਗੀ। ਹਾਂਜੀ, ਮੈਂ ਤੁਹਾਡੇ ਕੋਲ ਟਾਈਮ, ਮੈਂ ਆਪਣਾ ਫੋਨ ਨੰਬਰ ਨੋਟ ਕਰ ਲਿੱਤਾ ਤੁਹਾਡਾ। ਠੀਕ ਹੈ ਸੁਦਰਸ਼ਨ ਜੀ, ਥੈਂਕ ਯੂ ਸੋ ਮਚ, ਸਟੋਰ ਬਹੁਤ ਪਸੰਦ ਆਇਆ ਜਿਹੜਾ ਤੁਸੀਂ ਪਾਇਆ ਹੋਇਆ। ਪਿੱਛੇ ਦੇਖੋ ਬੜਾ ਸੋਹਣਾ ਕਵਰ ਕੀਤਾ ਹੋਇਆ ਐਮਬ੍ਰੋਇਡਰੀ ਨੂੰ। ਜਿਹੜੇ ਮਨੀ ਬੈਗ ਤੁਸੀਂ ਰੱਖੇ ਆ ਪੈਸੇ ਪਾ ਕੇ ਲੋਕਾਂ ਨੂੰ ਸਗਨ ਦੇਈਦਾ, ਹਾਂਜੀ ਉਹ ਬੜੇ ਖੂਬਸੂਰਤ ਨੇ। That's true. ਤੇ ਮੈਂ ਛੋਟਾ ਜਿਹਾ ਮਜ਼ਾਕ ਕਰ ਰਹੀ ਹਾਂ, ਮਨੀ ਬੈਗ ਦੇ ਵਿੱਚ ਪੈਸੇ ਵੀ ਪਾਏ ਦੇ ਨੇ ਕਿ ਨਹੀਂ? ਇਹ ਤੁਹਾਨੂੰ ਖਾਲੀ ਨਹੀਂ ਦਿਆਂਗੇ, ਤੁਹਾਨੂੰ ਪੈਸੇ ਪਾ ਕੇ ਦੇਵਾਂਗੇ। ਚਲੋ ਠੀਕ ਹੈ, ਠੀਕ ਹੈ, ਥੈਂਕ ਯੂ ਸੋ ਮਚ ਸੁਦਰਸ਼ਨ ਜੀ। ਮੈਂ ਮਿਨੀ ਜੀ ਨੂੰ ਵੀ ਦੱਸਦਾਂ ਕਿ ਸੁਦਰਸ਼ਨ ਜੀ ਨੂੰ ਸਾਰੇ ਪੁੱਛਦੇ ਆ, ਸਾਡੇ ਲੀਡਰ ਆ ਇੱਕ ਤਰ੍ਹਾਂ ਦਾ ਸਾਡੇ ਗਰੁੱਪ 'ਚ, ਸੋ ਸਾਰੇ ਇਹਨਾਂ ਨੂੰ ਕੁਛ ਪੁੱਛਦੇ ਆ, ਸੋ ਬੜੇ ਬੰਦੇ ਇਹਨਾਂ ਤੋਂ ਅੱਗੋ, ਯੂ ਨੋ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ। ਹੈਲੋ, ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਹੋ ਜੀ? ਮੇਰਾ ਨਾਮ ਕੁਲਵੰਤ ਕੌਰ ਹੈ। ਹਾਂਜੀ ਕੁਲਵੰਤ ਜੀ, ਦੱਸੋ ਕੀ ਕਹੋਗੇ? ਸਤਿ ਸ਼੍ਰੀ ਅਕਾਲ, ਤੁਹਾਨੂੰ ਬੜੇ ਸਾਲਾਂ ਬਾਅਦ ਮੈਂ ਕਾਲ ਕੀਤੀ ਹੈ, ਪਹਿਲੇ ਕੀਤੀ ਸੀ, ਬੜੇ ਸਾਲ ਹੋ ਗਏ ਨੇ। ਥੈਂਕ ਯੂ ਸੋ ਮਚ ਫਾਰ ਕਾਲਿੰਗ, ਦੱਸੋ ਕੀ ਅੱਜ ਕੀ ਖਾਸ ਗੱਲ ਹੋ ਰਹੀ ਹੈ? ਖਾਸ ਗੱਲ ਇਹ ਵੀ ਮੇਰੀ ਫਰੈਂਡ ਮਿੰਨੀ ਤੁਹਾਡੇ ਕੋਲ ਆਈ ਹੋਈ ਹੈ। ਮਿੰਨੀ, ਮੇਰਾ ਨਾਮ ਸ਼ਾਇਦ ਭੁੱਲ ਯਾਦ ਆ ਜੀ, ਉਹਨੂੰ ਕੁਲਵੰਤ ਕੌਰ ਬੋਲ ਰਹੀ। ਮਿੰਨੀ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਕੁਲਵੰਤ ਕੌਰ ਕਿੱਥੋਂ ਜੀ? ਫਲੈਸ਼ਿੰਗ ਤੋਂ। ਫਲੈਸ਼ਿੰਗ ਤੋਂ? ਅੱਛਾ ਅੱਛਾ ਅੱਛਾ, ਪਛਾਣਿਆ? ਹਾਂਜੀ ਪਛਾਣ ਲਿਆ, ਪਛਾਣ ਲਿਆ ਜੀ, ਬਿਲਕੁਲ ਪਛਾਣ ਲਿਆ। ਮੈਂ ਕਿਹਾ ਮੈਂ ਰਿਹਾ ਨਹੀਂ ਗਿਆ, ਮੈਂ ਕਿਹਾ ਮਿੰਨੀ ਆਈ ਸਾਡੀ ਫਰੈਂਡ ਤੇ ਅਸੀਂ ਕਾਲ ਜ਼ਰੂਰ ਕਰਨੀ ਆ ਅੱਜ ਨਾਲੇ। ਥੈਂਕ ਯੂ, ਬਹੁਤ ਵਧੀਆ, ਥੈਂਕ ਯੂ ਸੋ ਮਚ ਫਾਰ ਕਾਲਿੰਗ। ਥੈਂਕ ਯੂ ਸੋ ਮਚ ਜੀ, ਅੱਜ ਦੇਖੋ ਪੁਰਾਣੀਆਂ ਸਹੇਲੀਆਂ ਨੂੰ ਮਿਲਾਤਾ ਸੀ, ਸੋ ਬਹੁਤ ਵਧੀਆ, ਥੈਂਕ ਯੂ ਸੋ ਮਚ ਮਿੰਨੀ। ਐਂਡ ਐਨੀਥਿੰਗ ਯੂ ਵੁੱਡ ਲਾਈਕ ਟੂ ਟੈਲ ਯੂਰ ਆਡੀਅੰਸ, ਬਿਕੋਜ਼ ਯੂ ਨੋ ਦਿਸ ਇਜ਼ ਤੁਹਾਡੇ ਕੋਲ ਸਭ ਕੁਝ ਹੈਗਾ, ਇਟਸ ਅ ਵਨ ਸਟਾਪ ਸ਼ਾਪ ਫਾਰ ਵੈਡਿੰਗਸ, ਨਾਟ ਓਨਲੀ ਵੈਡਿੰਗਸ ਆਈ ਵੁੱਡ ਸੇ, ਸਾਰੇ ਓਕੇਸ਼ਨ, ਸਾਰੇ ਫੈਸਟੀਵਲਸ, ਯੂ ਨੋ ਕਿਸੇ ਚੀਜ਼ ਵਾਸਤੇ ਕੁਛ ਕਹੇ, ਜਸਟ ਕਾਲ ਮੈਂ ਨਹੀਂ। ਤੁਸੀਂ ਕੁਛ ਕਹੋਗੇ ਆਡੀਅੰਸ ਨੂੰ? ਬਸ ਜੀ, ਥੈਂਕ ਯੂ ਸੋ ਮਚ ਮੇਰਾ ਸ਼ੋਅ ਦੇਖਣ ਵਾਸਤੇ, ਔਰ ਤੁਸੀਂ ਜਦੋਂ ਵੀ ਆਓਗੇ ਸਟੋਰ 'ਤੇ ਤੁਸੀਂ ਖਾਲੀ ਹੱਥ ਨਹੀਂ ਲੁੱਟੋਗੇ, ਇਹ ਮੇਰਾ ਵਾਅਦਾ ਹੈ ਤੁਹਾਡੇ ਨਾਲ। ਹੁਣ ਤਾਂ ਵੈਸੇ ਵੀ ਜਸ ਪੰਜਾਬੀ ਦੇ ਪਰਿਵਾਰ ਨੂੰ ਵੈਸੇ ਹੀ ਡਿਸਕਾਊਂਟ ਮਿਲਣਾ। ਹਾਂਜੀ ਜ਼ਰੂਰ ਮਿਲੇਗਾ, ਬਿਲਕੁਲ, ਜ਼ਰੂਰ ਜਦੋਂ ਸ਼ੋਅ 'ਤੇ ਆਇਓ ਤਾਂ ਵੈਸੇ ਤੁਹਾਨੂੰ ਸ਼ੋਅ ਤਾਂ ਤੁਹਾਨੂੰ ਡਿਸਕਾਊਂਟ ਵੀ ਮਿਲੇਗਾ। ਸੋ ਥੈਂਕ ਯੂ ਸੋ ਮਚ, ਲਵਲੀ, ਐਂਡ ਆਈ ਰੀਅਲੀ ਮੈਂ ਕਹਾਂਗੀ ਕ੍ਰੈਡਿਟ ਜ਼ਰੂਰ ਦੇਣਾ ਪਏਗਾ ਦੀਪਕ ਜੀ, ਜਿਮੀ ਔਰ ਹਰਕੀਰਤ ਨੂੰ, ਸਾਰਿਆਂ ਨੇ ਜਿਸ, ਇਟਸ ਅ ਟੀਮ ਵਰਕ, ਇਟਸ ਅ ਟੀਮ ਵਰਕ ਟੂ ਕ੍ਰੀਏਟ ਅ ਸ਼ੋਅ ਲਾਈਕ ਦਿਸ, ਯੂ ਨੋ, ਸੋ ਆਈ ਵੁੱਡ ਸੇ ਕਿ ਥੈਂਕ ਯੂ ਸੋ ਮਚ ਮਿਨੀ ਜੀ, ਥੈਂਕ ਯੂ, ਐਂਡ ਯੂ ਨੋ ਯੋਰ ਇੰਟਾਇਰ ਟੀਮ ਐਂਡ ਜਸਟ ਪੰਜਾਬੀ ਦੀ ਸਾਰੀ ਟੀਮ ਜਿਹੜੀ ਕਿ ਇਹ ਸਾਰੀਆਂ ਚੀਜ਼ਾਂ ਨੂੰ ਇਕੱਠੀਆਂ ਲਿਆ ਸਕੀ। ਥੈਂਕ ਯੂ, ਥੈਂਕ ਯੂ, ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਜੀ।